ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਕੁਝ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੀਨੀਅਰ ਟਾਰਨੀ ਐਮੀ ਗੈਲ ਹੋਣਾਂ ਦੀ ਅਮਰੀਕਾ ਦੀ 1987 ਤੋਂ ਲਾਫਰਮ ਗੈਲਨ ਗੈਲ ਅਸਾਈਲਮ ਕੇਸਾਂ ਦੀ ਪੈਰਵੀ ਕਰਦੀ ਜਾ ਰਹੀ ਹੈ ਇਹਨਾਂ ਦੇ ਯਤਨ ਸਦਕਾ ਹਜ਼ਾਰਾਂ ਅਸਾਈਲਮ ਕੇਸਾਂ ਦੇ ਨਾਲ ਅਮਰੀਕੀ ਨਾਗਰਿਕ ਬਣ ਚੁੱਕੇ ਨੇ ਪੰਜਾਬੀ ਹਿੰਦੀ ਤੇ ਉਰਦੂ ਚ ਤੁਸੀਂ ਗੱਲਨ ਗੱਲ ਲਾ ਫਰਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਜਿਨ੍ਹਾਂ ਨੂੰ 24 ਸਾਲ ਦਾ ਤਜਰਬਾ ਹੈ ਤੁਸੀਂ ਫੋਨ ਤੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਫੋਨ ਨੰਬਰ ਹੈ ਜੀ 718 612 1188 7186121118 ਗੱਲਨ ਗੱਲ ਫਰਮ ਦਾ ਆਫਿਸ ਨੰਬਰ ਹੈ ਜੀ 212 6192859 ਤੁਸੀਂ ਵਧੀਆ ਨਵਾਂ ਕਰ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 2069415454 ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਐਂਡ ਪੇਰੋਲ ਟੈਕਸਸ ਸਟੇਟ ਟੈਕਸਸ ਬਿਜ਼ਨਸ ਟੈਕਸ ਦੀਆਂ ਸਭਾਵਾਂ ਲੈਣ ਦੇ ਲਈ ਕੋਈ ਤਸੱਲੀ ਬਖਸ਼ਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸੋਹਲ ਅਤੇ ਲੋਕਪਾਲ ਸੋਹਲ ਹੋਰਾਂ ਨਾਲ ਤੁਸੀਂ 253520886 ਤੇ ਸੰਪਰਕ ਕਰ ਸਕਦੇ ਹੋ 2553 520 88 86 ਇਹਨਾਂ ਦਾ ਪਤਾ ਜੀ 24915 104 ਰੈਵਨਿਊ ਸਾਊਥ-ਈਸਟ ਕੈਂਟ ਵਾਸ਼ਿੰਗਟਨ ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਟੀਐਮ ਡੇਰਾ ਦਾ ਰੀਫਰੈਸ਼ ਟ੍ਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ ਇਸ ਤੋਂ ਇਲਾਵਾ ਦੇਸੀ ਘੋਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ ਤੇ ਖਾ ਸਕਦੇ ਹੋ ਇੱਥੇ ਪੀਜ਼ਾ ਹਟ ਕੇਐਫਸੀ ਫੈਟ 버ਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿੰਦ ਮਲਿਕ ਉਹਨਾਂ ਨੂੰ ਫੋਨ ਨੰਬਰ ਹੈ ਜੀ 5599034627 ਲੋਕੇਸ਼ਨ ਹਾਈਵੇ 99 ਐਗਜ਼ਿਟ 144 ਐਵਨਿਊ 7 ਸਿਆਟਲ ਚ ਵਾਸ਼ਿੰਗਟਨ ਫ੍ਰੇਟ ਸਰਵਿਸ ਨੂੰ ਉਹਨਾਂ ਆਪਰੇਟਰਸ ਦੇ ਡਰਾਈਵਰ ਦੀ ਲੋੜ ਹੈ ਚੰਗਾ ਬੋਨਸ ਦੇ ਨਾਲ-ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਉਹਨਾਂ ਦੇ ਨਾਲ 2532666924 2532686924 ਤੇ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਸ਼ਮਾਦਾਂ ਚ ਸੜੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਧੰਨਵਾਦ ਜੀ ਮਿਹਰਬਾਨੀ ਦਲਵੀਰ ਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਲੋਂਗੋਵਾਲ ਝੜਪ ਸਬੰਧੀ 50 ਤੋਂ ਵੱਧ ਕਿਸਾਨਾਂ ਤੇ ਕੇਸ ਦਰਜ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਟੋਟਲ 53 ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ 18 ਦੇ ਖਿਲਾਫ 22 ਨੇ ਤੇ 33 ਜਿਹੜੇ ਹੈਗੇ ਉਹ ਅਣਪਛਾਤੇ ਜੀ ਇੱਕ ਕੇਸ ਰਜਿਸਟਰ ਕਰਨ ਦਾ ਮਾਮਲਾ ਜਿਹੜਾ ਹੈਗਾ ਉਸ ਘਟਨਾ ਕਰਨ ਦੇ ਸਬੰਧ ਵਿੱਚ ਹੋਇਆ ਜਿੱਥੇ ਇੱਕ ਕਿਸਾਨ ਪ੍ਰੀਤਮ ਸਿੰਘ ਹੁਣਾਂ ਦੀ ਮੌਤ ਹੋ ਗਈ ਜੀ ਔਰ ਕਈ ਸਾਰੇ ਲੋਕ ਜ਼ਖਮੀ ਹੋ ਗਏ ਜਿਹਨਾਂ ਜ਼ਖਮੀਆਂ ਦੇ ਵਿੱਚ ਇੱਕ ਪੁਲਿਸ ਦਾ ਇੰਸਪੈਕਟਰ ਵੀ ਹੈ ਜੀ ਸੋ ਜਿਹੜਾ ਪੁਲਿਸ ਨੇ ਕੇਸ ਰਜਿਸਟਰ ਕੀਤਾ ਹੈ ਮੇਰੇ ਖਿਆਲ ਮੁਤਾਬਕ ਹੈ ਜੇ ਤੱਕ ਉਹ ਮਾਮਲੇ ਦਾ ਵਿੱਚ ਹੀ ਪਿਆ ਪ੍ਰੀਤਮ ਸਿੰਘ ਹੁਣਾਂ ਵਾਲਾ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਕੀ ਹੈ ਕੀ ਤ੍ਰਤੀ ਸ਼ਖ ਦੀ ਕਿਉਂਕਿ ਫਿਲਹਾਲ ਤਾਂ ਮੇਰਾ ਖਿਆਲ ਹੈ ਵੀ ਪੋਸਟਮਾਰਟਮ ਸ਼ਾਇਦ ਹੋ ਗਿਆ ਮੈਡੀਕਲ ਰਿਪੋਰਟ ਕਲੀਅਰ ਨਹੀਂ ਲੇਕਿਨ ਇੱਕ ਸੀ ਕਿ ਉਹਨਾਂ ਦਾ ਸੰਸਕਾਰ ਨਹੀਂ ਸੀ ਹੋਇਆ ਕੱਲ੍ਹ ਸ਼ਾਮ ਤੱਕ ਜੀ ਤੇ ਜਦੋਂ ਸੰਸਕਾਰ ਹੋਣ ਤੋਂ ਪਹਿਲਾਂ ਪੋਸਟਮਾਰਟਮ ਹੁੰਦਾ ਹੋਣਾ ਜ਼ਰੂਰੀ ਹੁੰਦਾ ਹੈ ਤੇ ਪੋਸਟਮਾਰਟਮ ਲਈ ਜ਼ਰੂਰੀ ਹੈ ਕਿ ਘਰਦਿਆਂ ਦੀ ਸਹਿਮਤੀ ਹੋਵੇ ਜੀ ਉਹਨਾਂ ਦੀ ਸਟੇਟਮੈਂਟ ਵਗੈਰਾ ਕੋਈ ਰਿਕਾਰਡ ਕੀਤੀ ਹੈ ਵਗੈਰਾ ਵਗੈਰਾ ਇਹ ਪ੍ਰੋਬਲਮਸ ਹੋ ਗਏ ਜੀ ਲੇਕਿਨ ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ ਕਿ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਦਖਲਅੰਦਾਜ਼ੀ ਕੀਤੀ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਅਟੈਕ ਕੀਤਾ ਹੈ ਔਰ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਇਹ ਇਨਸਪੈਕਟਰ ਸਾਹਿਬ ਤੇ ਬਾਕੀ ਬੰਦੇ ਜ਼ਖਮੀ ਹੋਏ ਇਰਾਦਾ ਕਤਲ ਜੀ ਕਿਸਾਨਾਂ ਨੇ ਕਹਿੰਦੇ ਪੁਲਿਸ ਨੂੰ ਕਤਲ ਕਰਨ ਦੇ ਇਰਾਦੇ ਦੇ ਨਾਲ ਹਮਲਾ ਕਰਤਾ ਜੀ ਇਹ ਕੇਸ ਰਜਿਸਟਰ ਕਰਤਾ 53 ਬੰਦਿਆਂ ਦੇ ਖਿਲਾਫ 53 ਬੰਦਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਉਹਨਾਂ ਦੀ ਹੁਣ ਫੜੋ ਫੜੀ ਵਾਲਾ ਮਾਮਲਾ ਤਾਂ ਮੇਰਾ ਖਿਆਲ ਹੈ ਜੇ ਠੰਡੇ ਬਸਤੇ ਜੀਪ ਹੈ ਜੀ ਕਿਉਂਕਿ ਕਿਸਾਨ ਆਪਣੇ ਸਾਥੀ ਦੀ ਮੌਤ ਨੂੰ ਲੈ ਕੇ ਬਹੁਤ ਜ਼ਿਆਦਾ ਜਰੇ ਹੈਗੇ ਆ ਉਹ ਤੜਪ ਰਹੇ ਜੀ ਔਰ ਉਸੇ ਵੇਲੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਤਰਨਾ ਲੰਗੋਵਾਲ ਥਾਣੇ ਦੇ ਸਾਹਮਣੇ ਲਾਇਆ ਹੋਇਆ ਪੱਕਾ ਤਰਨਾ ਲਾ ਦਿੱਤਾ ਹੈ ਪੱਕਾ ਮੋਰਚਾ ਜਿਹਨੂੰ ਆਪਾਂ ਕਹਿ ਸਕਦੇ ਜੀ 16 ਕਿਸਾਨ ਜਿੱਥੇ ਬੰਦਗਿਆਂ ਨੇ ਐਜੀਟੇਸ਼ਨ ਸਟਾਰਟ ਕੀਤੀ ਸੀ ਉਹ 16 ਤਰ ਨਾਲ ਹੈ ਹੀ ਹੈ ਜੀ ਲੇਕਿਨ ਦੂਜੇ ਪਾਸੇ ਜੇ ਆਪਾਂ ਦੇਖੀਏ ਸੰਯੁਕਤ ਕਿਸਾਨ ਮੋਰਚਾ ਜਿਹੜਾ ਇੱਕ ਬਹੁਤ ਵੱਡਾ ਮੋਰਚਾ ਹੈ ਦੇਸ਼ ਵਿਆਪੀ ਮੋਰਚਾ ਹੈ ਜੀ ਸੰਯੁਕਤ ਕਿਸਾਨ ਮੋਰਚੇ ਨੇ ਵੀ ਕੱਲ ਆ ਕੇ ਉਥੇ ਹਾਜ਼ਰੀ ਭਰਤੀ ਕਿ ਅਸੀਂ ਵੀ ਭਾਈ ਇਹਨਾਂ ਦੇ ਨਾਲ ਆ ਜੀ ਨਰਪੈ ਸਿੰਘ ਟੁੱਢੀਕੇ ਬੜਾ ਵੱਡਾ ਨਾਇ ਸਾਡੇ ਬੀੜਿਆਂ ਦੇ ਬਹੁਤ ਇਨਕਲਾਬੀ ਯੋਧੇ ਐ ਮੋਗਾ ਗੋਲੀ ਕਾਂਡ ਬੀੜੇ ਦੇ ਉਹ ਜਿਹੜੇ ਹੈਗੇ ਸਰਗਰਮ ਐ ਲੋਕਪੱਖੀ ਮੂਵਮੈਂਟ ਦੇ ਵਿੱਚ ਉਹ ਕਿਰਤੀ ਕਿਸਾਨ ਜੂਨੀਅਨ ਦੇ ਸਰਵੇ ਸਰਵੇ ਜੀ ਉਹ ਉੱਚੇ ਚੇਤੇ ਤੌਰ ਤੇ ਆਏ ਤੇ ਉਹਨਾਂ ਨੇ ਆ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਵੀ ਕੀਤਾ ਕਿ ਅਸੀਂ ਇਹਨਾਂ ਦੇ ਨਾਲ ਆ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ ਸਰਕਾਰ ਨੂੰ ਜਿਸ ਢੰਗ ਨਾਲ ਸਰਕਾਰ ਨੇ ਇਸ ਮਾਮਲੇ ਨੂੰ ਲਿਆ ਉਹ ਗਲਤ ਹੈ ਜੀ ਅਗਲੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਜਿਹੜੀ ਅਗਲੀ ਮੀਟਿੰਗ 2 ਸਤੰਬਰ ਨੂੰ ਚੰਡੀਗੜ੍ਹ ਛੂਣੀ ਹੈ ਜੀ ਸੰਯੁਕਤ ਕਿਸਾਨ ਮੋਰਚੇ ਦੀ ਭਾਰਤ ਭਰ ਦੀ ਮੀਟਿੰਗ ਜਿਹੜੀ ਹੋਣੀ ਹੈ ਉਹਦੇ ਵਿੱਚ ਇਹ ਨੂੰ ਏਜੰਡਾ ਲਾ ਕੇ ਵਿਚਾਰਿਆ ਜਾਊਗਾ ਜੀ ਜਸਵਿੰਦਰ ਸਿੰਘ ਲੋਂਗੋਵਾਲ ਜਿਹੜੇ ਕਿਸਾਨ ਯੂਨੀਅਨ ਬੀਕੇ ਜੂ ਇਕਤਾ ਆਜ਼ਾਦ ਕਿਸਾਨ ਯੂਨੀਅਨ ਦੇ ਪ੍ਰਧਾਨ ਹੈ ਜਿਹੜਾ ਲੀਡਰ ਹੈ ਉਹਨਾਂ ਦੇ ਉਹ ਹਾਲਾਂਕਿ ਬੀਕੇ ਜੋ ਉਗਰਾਹਾਂ ਦੇ ਵਿੱਚੋਂ ਬਾਹਰ ਆਏ ਹੈ ਬਗਾਵਤ ਕਰਕੇ ਬਾਹਰ ਆਏ ਹੈ ਆ ਕੋਈ ਮਤ ਪੈਦਾ ਕੀਤੀ ਉਹਦੀ ਵਿੱਚ ਦੌਲਤ ਉਹਨਾਂ ਨੇ ਛੱਡ ਕੇ ਆਪਣੀ ਨਵੀਂ ਆਰਗੇਨਾਈਜੇਸ਼ਨ ਬਣਾਈ ਹੈ ਤੇ ਜਦੋਂ ਕੋਈ ਬੰਦਾ ਤੁਹਾਡਾ ਆਪਣਾ ਘਰ ਛੱਡ ਕੇ ਦੂਜੇ ਘਰ ਜਾਵੇ ਜਾਂ ਅਲੱਗ ਹੋ ਜੇ ਇਹ ਆਪਾਂ ਜਾਣਦੇ ਕਿ ਥੋੜਾ ਸਮਾਂ ਜਿਹੜਾ ਹੈਗਾ ਮਨ ਮੋਟਾਬ ਰਹਿੰਦਾ ਪਰਿਵਾਰ ਦੇ ਵਿੱਚ ਜੀ ਪਰ ਇਹਦੇ ਬਾਵਜੂਦ ਮੈਂ ਤਾਰੀਫ਼ ਕਰੀ ਤੇ ਉਹਨਾਂ ਨਹੀਂ रह ਸਕਦਾ ਜੁਗਿੰਦਰ ਸਿੰਘ ਉਗਰਾਹਾਂ ਹੋਣਾਂ ਦੀ ਜੀ ਯੋਗਿੰਦਰ ਸਿੰਘ ਉਹ ਗਰਾਹਾਂ ਉਹਨਾਂ ਨੇ ਵੀ ਇਹ ਨੋਟਿਸ ਲਿਆ ਕਿ ਜਿਸ ਕਿਸਮ ਜਿਸ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਉਹ ਗਲਤ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਲੜਾਈ ਕੀ ਹੈ ਇੱਕ ਗੱਲ ਸਮਝਣ ਵਾਲੀ ਹੈ ਲੜਾਈ ਅਸਲ ਦੇ ਵਿੱਚ ਇਹ ਹੈ ਕਿ ਕਿਸਾਨ ਅੰਦੋਲਨ ਮੁੜ ਕੇ ਫੇਰ ਅੰਗੜਾਈਆਂ ਲੈਣ ਲੱਗੇ ਜੀ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਲੜਾਈ ਕਿਸਾਨਾਂ ਨੇ ਪਹਿਲਾਂ ਲੜੀ ਹੈ ਉਹ ਲੜਾਈ ਕਿਸਾਨਾਂ ਨੇ ਸ਼ੁਰੂ ਨਹੀਂ ਸੀ ਕੀਤੀ ਜੀ ਕਿਸਾਨਾਂ ਦੀ ਤਾਂ ਡਿਮਾਂਡ ਹੀ ਨਹੀਂ ਸੀ ਕੋਈ ਕਿਸਾਨਾਂ ਤਾਂ ਇਸ ਗੱਲ ਦੀ ਚਿਤ ਚੇਤੇ ਵੀ ਨਹੀਂ ਸੀ ਵੀ ਇੱਕ ਤਨ ਕਾਲੇ ਕਾਨੂੰਨ ਆਉਣਗੇ ਕਿਸਾਨਾਂ ਦੀ ਲੜਾਈ ਤਾਂ ਸ਼ੁਰੂ ਤੋਂ ਲੈ ਕੇ ਇਹ ਕਿ ਸਾਨੂੰ ਕਟੋ-ਕਟ ਸਾਡੀਆਂ ਫਸਲਾਂ ਦਾ ਸਾਰੀਆਂ ਫਸਲਾਂ ਦਾ ਕਟੋ-ਕਟ ਖਰੀਦ ਮੁੱਲ ਦਿੱਤਾ ਜਾਵੇ ਜੀ ਜਿਹਨੂੰ ਆਪਾਂ ਐਮਐਸਪੀ ਕਹਿੰਦੇ ਮਿਨੀਮਮ ਸਪੋਰਟਸ ਪ੍ਰਾਈਸ ਜੀ ਮੈਕਸਿਮਮ ਸਪੋਰਟਸ ਪ੍ਰਾਈਸ ਨਹੀਂ ਜੀ ਵੱਧ ਤੋਂ ਵੱਧ ਨਹੀਂ ਉਹਨਾਂ ਨੇ ਕਿ ਘੱਟ ਤੋਂ ਘੱਟ ਦਿਓ ਜੀ ਘੱਟ ਤੋਂ ਘੱਟ ਸਪੋਰਟਸ ਪ੍ਰਾਈਸ ਮੰਗਦੇ ਆ ਉਹ ਬੰਦੇ ਉਹ ਲੜਾਈ ਲੜਦੇ ਸੀ ਇਹ ਲੜਾਈ ਚੱਲਦੇ ਚੱਲਦੇ ਲੜਾਈ ਉਹ ਤੋਂ ਸਾਰੇ ਇੱਕ ਮੁਠ ਵੀ ਨਹੀਂ ਸੀ ਆਪੋ ਆਪਣੇ ਪੱਦਰਾਂ ਦੇ ਉੱਤੇ ਲੜਾਈ ਲੜੀ ਜਾਂਦੇ ਸੀ ਬਿਆਨਾਂ ਨਾਲ ਹੀ ਕੰਮ ਚੱਲ ਜਾਂਦਾ ਸੀ ਬਹੁਤੇ ਵਾਰੀ ਉਸੇ ਸਮੇਂ ਜਿਹੜੇ ਤਿੰਨ ਕਾਲੇ ਕਾਨੂੰਨ ਆ ਗਏ ਤੇ ਕਾਲੇ ਕਾਨੂੰਨ ਤਾਂ ਉਹਦੇ ਸਿਰ ਦੇ ਵਿੱਚ ਡਾਂਗਾਂ ਗੂੰਜੇ ਜੀ ਉਹਨਾਂ ਨੇ ਆਪਣੇ ਪੱਦਰ ਦੇ ਉੱਤੇ ਪੰਜਾਬ ਵਾਲਿਆਂ ਨੇ ਪੰਜਾਬ 'ਚ ਲੜਾਈ ਵਿੜਤੀ ਹਰਿਆਣੇ ਵਾਲਿਆਂ ਨੇ ਹਰਿਆਣੇ 'ਚ ਲੜਾਈ ਵਿੜਤੀ ਆਪ ਮੁਹਾਰੀ ਫਿਰ ਹੌਲੀ-ਹੌਲੀ ਇਕੱਠੇ ਹੋਣ ਲੱਗ ਗਏ ਜੀ ਕੱਠੇ ਹੁੰਦੇ ਆ ਪੰਜਾਬ ਦੀਆਂ ਜਿਹੜੀਆਂ ਸੜਕਾਂ ਮੱਲੇ ਲੀਆਂ ਪੰਜਾਬ ਦੀਆਂ ਰੇਲ ਗੱਡੀਆਂ ਦੇ ਪੱਟੜਗਾ ਤੇ ਆ ਕੇ ਬੈ ਗਈ। ਉਤੋਂ ਬਾਅਦ ਫਿਰ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ। ਇਹ ਤੁਹਾਨੂੰ ਗੱਲਾਂ ਦੇਖੋ ਤੁਸੀਂ ਕਹੀਏ ਅੱਜ ਸਰਕਾਰ ਉਹ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਹੈ। ਜੀ। ਅੰਦੋਲਨ ਚੋਂ ਨਿਕਲੀ ਹੋਈ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਸਾਡਾ ਡੈਮੋਕਰੇਟ ਕ੍ਰਾਈਟ ਹੈ ਕਿ ਅਸੀਂ ਧਰਨਾ ਲਾਉਣਾ ਹੈ। ਜੀ। ਇਹ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਤਾਂ ਕੇਜਰੀਵਾਲ ਦੇ ਜਿਹੜੇ ਗੁਰੂ ਹੁੰਦੇ ਹਨ ਅਨਾ ਹਜ਼ਾਰ ਸਾਹਿਬ ਉਨਾ ਬਲ ਉਦਯੰਤਰ ਮੰਤਰੀ ਦੇ ਵਿੱਚ ਜਿਹੜਾ ਮੋਰਚਾ ਲਾਇਆ ਸੀ ਉਹਦੇ ਵਿੱਚੋਂ ਪੈਦਾ ਹੋਈ ਜੀ ਇਹ ਤਾਂ ਹਾਲੇ ਤੱਕ ਮਤਲਬ ਹੈ ਉਡਾਰ ਨਹੀਂ ਹੋਈ ਨਿਆਣੀ ਹੈ ਸਰਕਾਰ ਇਹ ਉਹਦੇ ਵਿੱਚੋਂ ਪੈਦਾ ਹੋਈ ਸਰਕਾਰੇ ਤਾਂ ਕਹਿੰਦੇ ਸੀ ਸਵਾਲ ਕਰੋ ਜੀ ਭਗਵੰਤ ਮਾਨ ਹੁਰੀ ਕਹਿੰਦੇ ਸੀ ਸਵਾਲ ਕਰੋ ਪੁੱਛੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਤੇ ਇਹ ਜਿਹੜੀ ਹੈਗੀ ਹੈ ਪਾਰਟੀ ਜਿਹੜੀ ਹੈਗੀ ਇਹ ਉਹਨਾਂ ਨੂੰ ਰੋਕਦੀ ਹੈ ਉਹਨਾਂ ਦੀ ਤਾਂ ਲੜਾਈ ਇਹਨਾਂ ਨਾਲ ਹੈ ਨਹੀਂ ਸੀ ਜੀ ਅਸਲ ਦੇ ਵਿੱਚ ਇਹ ਕਿ ਉਸ ਵੇਲੇ ਜਿਹੜੀ ਲੜਾਈ ਚੱਲੀ ਸੀ ਜੀ ਉਹ ਲੜਾਈ ਜਿਹੜੀ ਹੈਗੀ ਹੈ ਦਿੱਲੀ ਨੂੰ ਗਈ ਕਿਉਂ ਕਿ ਵੇਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੇਖ ਲਿਆ ਇਸ ਗੱਲ ਨੂੰ ਨਬ ਸਮਝ ਲਈ ਸੀ ਦੂਰੰਦੇਸ਼ੀ ਸੋਚ ਸੀ ਉਹਨੇ ਸਮਝ ਲਈ ਸੀ ਕਿ ਜੇ ਹੁਣ ਪੰਗਾ ਲਵਾਂਗੇ ਤੇ ਮੇਰੇ ਤੱਪੜ ਰੋਲ ਦੇਣਗੇ ਕਿਸਾਨ ਜੀ ਉਹਨਾਂ ਨੂੰ ਬਰਿਆਤ ਰਹਾ ਮੰਤ ਤਰਲਾ ਕੀਤੀ ਜੋ ਮਰਜ਼ੀਆ ਕੀਤਾ ਤਾਂ ਉਹ ਦਿੱਲੀ ਵਾਲੇ ਪਾਸੇ ਨੂੰ ਨੰਨ ਤੁਰਦਾ ਜੀ ਤੁਸੀਂ ਯਾਦ ਕਰੋ ਉਸ ਵੇਲੇ ਸਾਰੇ ਟੋਲ ਪਲਾਜ਼ਾਂ ਤੇ ਕਬਜ਼ੇ ਹੋ ਗਏ ਸੀ ਬਿਲਕੁਲ ਮਲਟੀਨੈਸ਼ਨਲ ਕੰਪਨੀਆਂ ਦੀਆਂ ਜਿੰਨੀਆਂ ਇੱਥੇ ਜਿਹੜੇ ਸਕੇ ਸਟੋਰ ਸੀ ਉਥੇ ਨਹੀਂ ਬੱਜ ਗਏ ਸੀ ਜੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਬਾਹਰ ਨਿਕਲਣਾ ਬੰਦ ਕਰਤਾ ਸੀ ਬਿਲਕੁਲ ਇੱਥੋਂ ਤੱਕ ਕਿ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦੇ ਘਰ ਗੋਹਾ ਵੀ ਸੁੱਟਦਾ ਸੀ ਆ ਕੇ ਬਿਲਕੁਲ ਜੀ ਔਰ ਜਿਹੜੇ ਟੀਵੀ ਟਾ ਆਪਣੇ ਟੈਲੀਫੋਨ ਟਾਵਰ ਹੈ ਟੈਲੀਫੋਨ ਟਾਵਰਾਂ ਦੇ ਸਾਰਿਆਂ ਦੇ ਜਿਹੜੇ ਹੈਗੇ ਟਰਾਂਸਫਾਰਮਰ ਵਗੈਰਾ ਲਾ ਕੇ ਲੈ ਗਏ ਸੀ ਜੀ ਇਹ ਸਾਰੇ ਮਾਮਲੇ ਦੇ ਵਿੱਚ ਹਾਲਾਂਕਿ ਲਾਂਡ ਆਰਡਰ ਦਾ ਮਾਮਲਾ ਵੀ ਇਹਦੇ ਵਿੱਚ ਇਨਵੋਲ ਹੁੰਦਾ ਸੀ ਉਦੋਂ ਪੁਲਿਸ ਨੇ ਕਿਸੇ ਨੂੰ ਉਂਗਲ ਤੱਕ ਨਹੀਂ ਲਾਈ ਸੀ ਬਿਲਕੁਲ ਸਾਫ ਕਹਤਾ ਸੀ ਵੀ ਨਹੀਂ ਕਿਸਾਨਾਂ ਨੂੰ ਜਿਹੜੀ ਹੈਗੀ ਇਹ ਤੰਗ ਨਾ ਕਰੋ ਕਿਸਾਨਾਂ ਨੂੰ ਇਹਨਾਂ ਦਾ ਗੁੱਬਗਵਾਟ ਇਹਨਾਂ ਨੂੰ ਕੱਢਣ ਦਿਓ ਉਹ ਸਾਰੀ ਜਿਹੜੀ ਉਹ ਨਰਮ ਗੋਸ਼ਾ ਸੀ ਉਸ ਨਰਮ ਗੋਸ਼ੇ ਦਾ ਨਤੀਜਾ ਹੋਇਆ ਕਿ ਕਿਸਾਨਾਂ ਦੇ ਦਿਮਾਗ ਚ ਆਈ ਲੜਾਈ ਤਾਂ ਦਿੱਲੀ ਵਾਲੀ ਹੈ ਜੀ ਉਹ ਦਿੱਲੀ ਨੂੰ ਤੁਰਪੇ ਯਾਦ ਆ ਮੇਰੇ ਉਹਨਾਂ ਦਿਨਾਂ ਦੇ ਵਿੱਚ ਗਵਰਨਰ ਨੇ ਵੀ ਦਖਲਅੰਦਾਜ਼ੀ ਕੀਤੀ ਸੀ ਵੀ ਇਹ ਹੋਕ ਹੀ ਰਹੇ ਜੀ ਤੁਸੀਂ ਟੋਲ ਪਲਾਜ਼ੇ ਵੀ ਬੰਦ ਕਰਤੇ ਤੁਸੀਂ ਜਿਹੜੇ ਹੈਗੇ ਟੈਲੀਫੋਨ ਟਾਵਰ ਵੀ ਹੈ ਜਿਹੜੇ ਉਹ ਵੀ ਨਕਾਰਾ ਕਰ ਦਿੱਤੇ ਉਹਨਾਂ ਨੇ ਵੱਡੇ ਅਫਸਰਾਂ ਨੂੰ ਬੁਲਾਇਆ ਸੀ ਚੀਫ ਸੈਕਟਰੀ ਨੂੰ ਤੇ ਡੀਜੀਪੀ ਨੂੰ ਵੀ ਇਹ ਕੀ ਹੋ ਰਿਹਾ ਹੈ ਜੀ ਤੇ ਨਾਲ ਦੀ ਨਾਲ ਹੀ ਅਮਰਿੰਦਰ ਸਿੰਘ ਨੇ ਕਹਿੰਦਾ ਸੀ ਗਲਤ ਗੱਲ ਹੈ ਮੇਰੇ ਅਫਸਰਾਂ ਨੂੰ ਨਾ ਭਲਾਓ ਜੀ ਇਹ ਜਾਣ ਦਿਓ ਇਹ ਸਾਰਾ ਕੁਝ ਜਿਹੜਾ ਆਪਾਂ ਗੱਲ ਕਰਦੇ ਆ ਤੇ ਉਹ ਲੜਾਈ ਤਾਂ ਉਹਨਾਂ ਦੇ ਮੱਲੋ ਮਲੀ ਗੱਲ ਪੈ ਗਈ ਸੀ ਜੀ ਉਹ ਲੜਾਈ ਜਿਹੜੀ ਗੱਲ ਗਲ ਪਈ ਸੀ ਤੇ ਹੁਣ ਜਿਹੜਾ ਮੈਂ ਕਹਿੰ ਕਿ ਕਿਸਾਨ ਅੰਦੋਲਨ ਅੰਗੜਾਂਗਾ ਲੈ ਰਹੇ ਜੀ ਗੱਲ ਉਥੇ ਦੀ ਉਥੇ ਹੀ ਖੜੀ ਹੈ ਜਦੋਂ ਕਾਲੇ ਕਾਨੂੰਨ ਵਾਪਸ ਲੈ ਲੈ ਤੇ ਨਾਲ ਕਿਸਾਨਾਂ ਨੂੰ ਦਿੱਲੀ ਤੋਂ ਤੋਰਿਆ ਉਹ ਅੰਦোলন ਖਤਮ ਕਰਵਾਇਆ ਉਹ ਕਾਲੀ ਵੀ ਕਰਕੇ ਕਿਸਾਨ ਥੋੜੀ ਜੀ ਉਹਨਾਂ ਨੇ ਕਿਹਾ ਸੀ ਕੇਂਦਰ ਵਾਲਿਆਂ ਨੇ ਕਿ ਐਮਐਸਪੀ ਦੇ ਦਿਆਂਗੇ ਜੀ ਹੁਣ ਲੜਾਈ ਜਿਹੜੀ ਇਸ ਵੇਲੇ ਦੀ ਹੈ ਉਹ ਲੜਾਈ ਹੈਗੀ ਹੜਾਂ ਤੋਂ ਸ਼ੁਰੂ ਹੋਈ ਹੈ ਜੀ ਪਰ ਉਹਨਾਂ ਨੂੰ ਪਤਾ ਵੀ ਹੜਾਂ ਦਾ ਤਾਂ ਪੰਜਾਬ ਸਰਕਾਰ ਤੇ ਬਸਰ ਹੋਊਗੀ ਨਹੀਂ ਪੰਜਾਬ ਸਰਕਾਰ ਦਾ 4,000 ਕਰੋੜ ਰੁਪਈਆ ਦਾ ਜਿਹੜਾ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਅਜੇ ਤੱਕ ਉਹ ਨਹੀਂ ਰਿਲੀਜ਼ ਕੀਤਾ ਜੀ 7,000 ਕਰੋੜ ਰੁਪਈਆ ਤੁਹਾਡੇ ਕੋਲੇ ਜਿਹੜੇ ਜਿਹੜੀ ਕੁਦਰਤੀ ਆਫਤਾਂ ਵਾਲਾ ਪਿਆ ਹੈ ਉਹਨੂੰ ਤੁਹਾਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜੀ 11000 ਕਰੋੜ ਰੁਪਏ ਦਾ ਪੰਜਾਬ ਸਰਕਾਰ ਦੇ ਦਾ ਪੰਜਾਬ ਸਰਕਾਰ ਦਾ ਕੇਂਦਰ ਵੱਲ ਪਿਆ 7400 ਰੁਪਏ ਜੀ ਰੂਰਲ ਡਵੈਲਪਮੈਂਟ ਦਾ 7000 ਕਰੋੜ ਉਹ ਹੈ ਜਿਹੜਾ ਇਹਨੂੰ ਇਹਨਾਂ ਨੇ ਵਰਤਨ ਹੈ ਜੀ ਉਹ ਵਰਤਨ ਦੀ ਇਜਾਜ਼ਤ ਹੈ ਨਹੀਂਗੀ ਕਿਉਂਕਿ ਪ੍ਰਵਾਨਗੀ ਉਹਨਾਂ ਦੀ ਲੈਣੀ ਪਣੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹੋ ਜੀ ਜਿਹੜੇ ਹਾਲਾਤ ਹੈਗੇ ਤੇ ਇਹਨਾਂ ਨੂੰ ਪਤਾ ਵੀ ਇਹ ਕਰਨਗੇ ਕੀ ਜਿਹਦੇ ਨਾਲ ਹੱਥ ਪਲੇ ਤੇ ਮਿਊਨਿਸਪਲ ਕਮੇਟੀ ਵਰਗੇ ਜੀ ਉਹ ਕਹਿੰਦੇ ਜੀ ਸਾਨੂੰ 50000 ਰੁਪਏ ਕਿੱਲੇ ਦਾ ਮਾਪ ਚਾਹੀਦੇ ਹੋ ਜੀ 1 ਲੱਖ ਰੁਪਈਆ ਸਾਨੂੰ ਜਿਹੜਾ ਪਸ਼ੂ ਦੀ ਮੌਤ ਦਾ ਦਿਓ ਜੀ 10 ਲੱਖ ਰੁਪਈਆ ਜਿਹੜਾ ਹੈਗਾ ਬੰਦੇ ਦੀ ਮੌਤ ਦਾ ਦਿਓ ਜੀ ਘਰ ਟਹਿ ਗਿਆ ਮਾਅਵਜਾ ਉਹਦਾ ਵੀ ਚਾਹੀਦਾ ਜੀ ਉਹ ਇਹ ਮੰਗਦੇ ਹੁਣ ਦੇ ਪਰ ਸਾਡੇ ਕੋਲ ਤਾਂ ਜੂਗਾ ਵੀ ਹੈ ਨਹੀਂ ਸਰਕਾਰ ਦੇ ਉਹ ਕਿੱਥੋਂ ਜੀ ਅਗਲੀ ਗੱਲ ਜਿਹੜੀ ਦਲਵੀਰ ਜੀ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ 50 ਹਜ਼ਾਰ ਕਰੋੜ ਰੁਪਈਆ ਭਾਰਤ ਸਰਕਾਰ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਵੇ ਇਸ ਸੰਕਟ ਚੋਂ ਨਿਕਲਣ ਵਾਸਤੇ ਜੀ ਉਹ ਤਾਂ ਮਦਦ ਕਰਦੇ ਪੰਜਾਬ ਸਰਕਾਰ ਦੀ ਪਰ ਭਾਰਤ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਇੱਥੋਂ ਇਹ ਗੱਲ ਸ਼ੁਰੂ ਹੋਈ ਹੈ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਏ ਸਾਡੀਆਂ ਚੂੜਾ ਹਲਾਦੂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਜੀ ਮੇਰੀ ਗੱਲ ਇਸ ਸਮਝ ਤੋਂ ਬਾਹਰ ਹੈ ਕਿ ਭਗਵੰਤ ਮਾਨ ਸਰਕਾਰ ਇੰਨੀ ਐਕਟਿਵ ਕਿਉਂ ਹੈ ਜੀ ਇਹ ਦਿੱਲੀ ਦੀ ਲੜਾਈ ਆਪਦੇ ਗੱਲ ਕਿਉਂ ਪਾ ਲਈ ਤੇ ਜੇ ਉਹ ਧਰਨਾ ਮਾਰਨ ਵਾਸਤੇ ਜਾਂਦੇ ਸੀ ਤਾਂ ਚੰਡੀਗੜ੍ਹ ਜਾਂਦੇ ਸੀ ਜੀ ਔਰ ਆਪਾਂ ਨੂੰ ਕੱਲ ਵਾਲਾ ਪਤਾ ਹੈ ਕਿ ਕੱਲ ਜਦੋਂ ਉੱਥੇ ਲੋਕ ਜਾ ਰਹੇ ਸੀ ਤੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਹੈਗੀ ਪਾਰਾਮਿਲਟਰੀ ਫੋਰਸ ਵੀ ਲਾਈ ਗਈ ਯੂਨੀਅਨ ਟਰੇਰੀ ਦੀ ਪੁਲਿਸ ਵੀ ਲਾਈ ਗਈ ਜੀ ਪੰਜਾਬ ਦੀ ਪੁਲਿਸ ਵੀ ਲਾਈ ਗਈ ਮੇਰੇ ਖਿਆਲ ਅਧਾਰੀ ਸਾਰੀ ਹੋਰਾਂ ਸਟੇਟਾਂ ਤੋਂ ਵੀ ਲੈ ਲਈ ਹੋਣੀ ਹੈ ਹਰਿਆਣੇ ਵਾਲੇ ਤਾਂ ਹੈਗੀ ਹੈਗੀ ਸਿਹਰਿਆਣੇ ਵਾਲੀ ਵੀ ਹੈਗੀ ਹੈ ਦੂਜੇ ਪਾਸੇ ਜੀ ਇਨੀ ਫੋਰਸ ਲਾਈ ਗਈ ਹੈ ਤਾਂ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ ਕਿ ਇਹ ਲੜਾਈ ਜਿਹੜੀ ਹੈ ਕਿਸਾਨਾਂ ਦੀ ਨਾਲ ਕਿਸਾਨਾਂ ਦੀ ਲੜਾਈ ਕੱਲੀ ਪੰਜਾਬ ਨਾਲ ਨਹੀਂ ਪੰਜਾਬ ਵਾਲੇ ਤਾਂ ਮੱਲੋ ਮੱਲੀ ਵਿੱਚ ਪੜ ਗਏ ਆਗੇ ਜੀ ਇਹਨਾਂ ਨੇ ਤਾਂ ਮਤਲਬ ਜਾਂਦਗੇ ਬੁਲਾਏ ਦੁਪਹਿਰਾ ਕੱਟ ਜਾ ਤੇ ਦੁਪਹਿਰਾ ਕੱਟਣ ਵਾਸਤੇ ਇਹਨਾਂ ਨੇ ਗੱਲ ਕਰ ਲਿਆ ਲੜਾਈ ਹੁਣ ਹੋਊਗੀ ਤੇ ਲੜਾਈ ਸਿੱਧੀ ਹੈ ਜੀ ਠੀਕ ਹੈ ਕੱਲ ਇਹਨਾਂ ਨੇ ਪੂਰਾ ਬੰਦੋਬਸਤ ਕੀਤਾ ਅਸੀਂ ਬੜਨੀ ਦੇਵਾਂਗੇ ਅੰਦਰ ਨਹੀਂ ਬੜਨ ਦੇਵਾਂਗੇ ਨਾ ਬੜਨ ਦੇਣ ਪਰਚੇ ਵੀ ਸਰਜ ਕਰਤੇ ਪਰ ਕੀ ਅੰਦੋਲਨ ਰੁਕਿਆ ਹੋਏ ਅੰਦੋਲਨ ਤਾਂ ਪਰਚੰਡ ਹੋ ਰਹੇ ਜੀ ਥਾਂ ਥਾਂ ਤੇ ਟੋਲ ਪਲਾਜ਼ੇ ਰੁਕੇ ਪਏ ਐ ਲੋਕ ਆਪ ਮਹਾਰੇ ਲਿਖੜੇ ਪਏ ਐ ਤੁਸੀਂ ਪਿਛਲੇ 48 ਘੰਟਿਆਂ ਚ ਪਿਛਲੇ 48 ਘੰਟਿਆਂ ਦੇ ਲੋਕਾਂ ਦਾ ਟੈਂਪਰੇਚਰ ਦੇਖੋ ਵਾਤਾਵਰਨ ਦੇਖੋ ਉਹਨਾਂ ਦਾ ਕਿੱਥੇ ਪਹੁੰਚ ਗਿਆ ਬਿਲਕੁਲ ਜੀ ਜਿਹੜੀ ਸਰਕਾਰ ਨੂੰ ਲੋਕ ਕੇ ਕਹਿੰਦੇ ਯਾਰ ਕਿੰਨੀ ਮਾੜੀ ਹੋਵੇ ਉਹਨਾਂ ਨੂੰ ਤਾਂ ਚੰਗੀ ਆ ਨਾ ਪਹਿਲੇ ਧਵਾ ਨਾਲ ਤੇ ਹੁਣ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਕੇ ਦੇਖਦਾ ਕਿ ਇਹੋ ਜੀ ਸਰਕਾਰ ਐ ਕੋਈ ਪਤਾ ਹੀ ਨਹੀਂ ਲੱਗ ਰਿਹਾ ਬੀ ਇਹ ਕਰ ਕੀ ਰਹੀ ਐ ਇੰਨਾ ਮਤਲ ਜਿਹੜਾ ਹੈਗਾ ਇਹਨਾਂ ਨੇ ਆਪਣੇ ਪੈਰ ਆਪਣੇ ਪੈਰ ਤੇ ਕੁਹਾੜਾ ਮਾਰ ਕੇ ਇਹਨਾਂ ਨੂੰ ਨੁਕਸਾਨ ਕਰਵਾ ਲਿਆ ਮੇਰਾ ਖਿਆਲ ਹੈ ਵੀ ਪੰਜਾਬ ਦਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਨਾਬ ਦਾ ਕਰਵਾ ਲਿਆ politically ਬਿਲਕੁਲ ਇਹ ਤੋਂ ਬਚਣਾ ਚਾਹੀਦਾ ਐਥੇ ਨਾਲ ਜਿਹੜੀ ਹੈਗੀ ਥੋੜਾ ਜਿ ਦੇਖਣੀ ਚਾਹੀਦੀ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਕੀ ਐ ਮੇਰਾ ਮੰਨਣਾ ਕਿਸੇ ਵੀ ਸਰਕਾਰ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਆਧਾਰ ਪੁਲਿਸ ਹੁੰਦਾ ਹੈ ਜੀ ਪਾਰਟੀ ਤੋਂ ਸਰਕਾਰਾਂ ਫੇਲ ਹੁੰਦੀਆਂ ਨੇ ਉਹ ਤੋਂ ਪੁਲਿਸ ਹੀ ਬਦਲਦੀ ਹੁੰਦੀ ਜੀ ਜਦੋਂ ਪੁਲਿਸ ਪੁੱਠੇ ਪੰਗੇ ਲੈਣ ਲੱਗ ਜੇ ਜਦੋਂ ਪੁਲਿਸ ਡੈਮੋਕ੍ਰੈਟਿਕ ਢੰਗ ਤਰੀਕੇ ਅਪਣਾਉਣ ਲੱਗ ਜੇ ਉਦੋਂ ਸਰਕਾਰਾਂ ਫੇਲ ਹੁੰਦੀਆਂ ਜੀ ਸੋ ਬੜੀ ਜਿਹੜੀ ਹੈਗੀ ਹੈ ਲੜਾਈ ਇਸ ਵੇਲੇ ਚੱਲੀ ਜਾ ਰਹੀ ਹੈ ਦੇਖਦੇ ਹਾਂ ਅਗਲੇ ਦਿਨਾਂ ਚ ਹੁੰਦਾ ਕੀ ਹੈ ਪਰ ਇਹ ابھی ਇਹ ਗੱਲ ਮੁੱਕਣੀ ਨਹੀਂ ਪਰ ਇਹਦੇ ਨਾਲ ਹੁਣ ਤੁਸੀਂ ਦੇਖੋ ਕਿ ਥੋੜਾ ਜਿਆ ਇਹ ਕਹਿਣਾ ਵੀ ਸ਼ੁਰੂ ਕਰਤਾ ਮਾਲਵੀਦਰ ਸਿੰਘ ਕੰਗ ਮੇਰੇ ਵਧੀਆ ਮਿੱਤਰ ਹੈਗੇ ਜਿਹੜੇ ਆਪ ਤੇ ਬੁਲਾ ਰਹੇ ਹਨ ਉਹਨਾਂ ਨੇ ਸਿਆਣੀ ਗੱਲ ਕੀਤੀ ਹੈ ਜੀ ਵੀ ਯਾਰ ਇਹ ਹਫ਼ਤਾ ਤੇ ਆਪਣਾ ਰਲ ਮਿਲ ਕੇ ਦਾ ਮੁਕਾਬਲਾ ਕਰੀਏ ਸਾਨੂੰ ਲੋੜ ਹੈ ਤੇ ਵੀ ਆਪਾਂ ਰਲ ਮਿਲ ਕੇ ਇਸ ਆਫਤ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਚੰਗੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਸੀ ਮ੍ਰਿਤਕ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਸਰਕਾਰ ਰਾਹਤ ਵੀ ਦੇਊਗੀ ਜੀ ਇਹ ਗੱਲ ਜੀ ਉਹਨਾਂ ਨੇ ਆਪਣੇ ਆਪ ਪੇਸ਼ਕਸ਼ ਕੀਤੀ ਹੈ ਚੰਗੀ ਹੈ ਮੇਰਾ ਖਿਆਲ ਹੈ ਵੀ ਜਿੰਨੀ ਛੇਤੀ ਨੂੰ ਨਵੇੜ ਲੈਣ ਉਹਨਾ ਚੰਗਾ ਹੈ ਇਹ ਲੱਸੀ ਦਾ ਤੇ ਲੜਾਈ ਦਾ ਜਿੰਨਾ ਮਰਜ਼ੀ ਹੈ ਵਧਾ ਲਓ ਜਦੋਂ ਅੰਨਦਾਤਾ ਸਰਕਾਰਾਂ ਨਾਲ ਨਾਰਾਜ਼ ਹੋ ਜੂਗਾ ਉਹਦੋਂ ਸਰਕਾਰਾਂ ਦੀ ਫਿਰ ਖੈਰ ਨਹੀਂ ਹੁੰਦੀ ਇਹ ਬਚਣਾ ਚਾਹੀਦਾ ਹੈ ਇਤੋਂ ਬਿਲਕੁਲ ਜੀ ਟਿਲੂ ਸਾਹਿਬ ਜੇ ਕਿਸਾਨ ਆਗੂ ਹੁਣ ਜਸਵਿੰਦਰ ਸਿੰਘ ਲੋਂਗੋਵਾਲ ਨੂੰ ਛੱਡਣਾ ਹੀ ਸੀ ਤਾਂ ਫਿਰ ਗ੍ਰਿਫਤਾਰ ਕਿਉਂ ਕੀਤਾ ਇਹਦੇ ਪਿੱਛੇ ਕੀ ਕਾਰਨ ਹੈ ਇਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਕੋਈ ਸਟੈਪ ਲੈਂਦੇ ਆ ਜਦ ਅਣਜਾਣ ਬੰਦੇ ਸਟੈਪ ਲੈਂਦੇ ਆ ਬਗੈਰ ਤਜਰਬੇਕਾਰ ਬੰਦੇ ਸਟੈਪ ਲੈਂਦੇ ਆ ਉਦੋਂ ਉਹ ਇਹ ਨਹੀਂ ਦੇਖਦੇ ਕਿ ਜਿਹੜਾ ਸਟੈਪ ਲੈਨੇ ਇਹਦੇ ਰਿਪਰਕਸੀਸ਼ਨ ਕੀ ਹੋਣਗੇ ਜੀ ਇਹਦੇ ਨਤੀਜੇ ਕੀ ਭੁਗਤਨੇ ਪੈਣਗੇ ਹੁਣ ਵੱਡੀ ਗੱਲ ਇਹ ਹੈ ਕਿ ਜਸਵਿੰਦਰ ਸਿੰਘ ਲੋਂਗੋਵਾਲ ਨੂੰ ਗ੍ਰਿਫਤਾਰ ਕਿਉਂ ਕੀਤਾ 22 ਤਾਰੀਖ ਦਾ ਧਰਨੇ ਦਾ ਪ੍ਰੋਗਰਾਮ ਐਲਾਨਿਆ ਸੀ ਜੀ ਉਹਦੀ ਤਿਆਰੀ ਜਿਹੜੀ ਹੈਗੀ ਆ ਕੀਤੀ ਜਾ ਰਹੀ ਸੀ ਉਹਦੇ ਲਈ ਲੰਗਰ ਪਾਣੀ ਗੱਡੀਆਂ ਟਰਾਲੀਆਂ ਵਗੈਰਾ ਲੈ ਕੇ ਉ ਜਾ ਰਹੇ ਸੀ ਉਹਨਾਂ ਨੂੰ ਜਾਣ ਤੋਂ ਕਿਉਂਕਿ ਉੱਪਰੋਂ ਹਾਈ ਕਮਾਂਡ ਦਾ ਹੁਕਮ ਹੋ ਗਿਆ ਜੀ ਕੇਂਦਰੀ ਹਾਈ ਕਮਾਂਡ ਕੇਂਦਰੀ ਹਾਈ ਹਾਈ ਕਮਾਂਡ ਅਮਿਤ ਸ਼ਾਹ ਹੁਰਾਗਾ ਭਾਰਤ ਸਰਕਾਰ ਦਾ ਜੀ ਕਿ ਇਹਨਾਂ ਨੂੰ ਜਾਣ ਨਹੀਂ ਦੇਣਾ ਨਾਲ ਦੀ ਨਾਲ ਉੱਪਰੋਂ ਹੁਕਮ ਹੋ ਗਿਆ ਹੁਣ ਹੁਕਮ ਉਹਨਾਂ ਨੂੰ ਭਗਵੰਤ ਸਿੰਘ ਮਾਨ ਦਾ ਸੀ ਕਿਹੜੀ ਵੱਲ ਦਾ ਸੀ ਰਗ ਵਿਚੜੇ ਦਾ ਸੀ ਜਾਂ ਆਪ ਮਹਾਰੇ ਪੁਲਸ ਨੇ ਫੈਸਲਾ ਕਰ ਲੈ ਕੇ ਆਪਾਂ ਇਹਨਾਂ ਨੂੰ ਜਾਣ ਨਹੀਂ ਦੇਣਾ ਜੀ ਇੱਕ ਇੱਕ ਮਤਲਬ ਜਿਹੜਾ ਹੈਗਾ ਵੱਡਾ ਸਵਾਲ ਹੈ ਇਹਦੇ ਬਾਰੇ ਵਿਚਾਰ ਕਰ ਲੈਣ ਜੀ ਉਹ ਆਪੇ ਬੈਠ ਕੇ ਕਰ ਲੈਣ ਵੀ ਕੀ ਨਹੀਂ ਕੀ ਦਾ ਫੈਸਲਾ ਸੀ ਉਹ ਕਹਿੰਦੇ ਸੀ ਅਸੀਂ ਜਾਣ ਨਹੀਂ ਦੇਣਾ ਉਹਨਾਂ ਨੇ ਪਲਾਨਿੰਗ ਪਹਿਲਾਂ ਹੀ ਬਣਾਈ ਹੋਈ ਸੀ ਕਿ ਜੇ ਸਾਨੂੰ ਜਾਣ ਤੋਂ ਰੋਕਣਗੇ ਤੇ ਫਿਰ ਇਹ ਹੈ ਕਿ ਜਿੰਨੇ ਟੋਲ ਪਲਾਜ਼ੇ ਨੇੜੇ ਤੇੜੇ ਵਾਲੇ ਉਹਨਾਂ ਨੂੰ ਫ੍ਰੀ ਕਰ ਦਿਓ ਜੀ ਉੱਥੇ ਜਾ ਕੇ ਧਰਨੇ ਲਾ ਲਓ ਟੋਲ ਪਲਾਜ਼ੇ ਜਿਹੜੇ ਹੈਗੇ ਆ ਉਹ ਵੱਡੇ ਘਰਾਣਿਆਂ ਦੇ ਉਹਨਾਂ ਨੇ ਕਿਉਂਕਿ ਲੋਂਗੋਵਾਲ ਦੇ ਉਸ ਇਲਾਕੇ ਦੇ ਵਿੱਚ ਬੜਬਰ ਆਲਾ ਪੈਂਦਾ ਹੈ ਜੀ ਉਹ ਬੜਬਰ ਆਲੇ ਪਾਸੇ ਨੂੰ ਚੱਲ ਪਏ ਤੇ ਜੀ ਉਹਨਾਂ ਨੇ ਘੇਰ ਲਿਆ ਘੇਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਤੁਹਾਨੂੰ ਪਹਿਲੇ ਹੀ ਕਰ ਲਿਆ ਸੀ ਸੌਰੀ ਜਾਣ ਤੋਂ ਪਹਿਲੇ ਜੀ ਜਸਵਿੰਦਰ ਸਿੰਘ ਨੂੰ ਕਿ ਇਹ ਚੰਡੀਗੜ੍ਹ ਨਾਲ ਚਲਾ ਜਾ ਬਈ ਕਿਤੇ ਬਹੁਤ سارے ਕਿਸਾਨ ਕੀਤੇ ਇੱਕਲਾ ਉਹ ਨਹੀਂ ਕੀਤਾ ਸੀ ਬਹੁਤ سارے ਹੋਰ ਕੀਤੇ ਸੀ ਜੀ ਉਹਨਾਂ ਨੂੰ ਕਰ ਲਿਆ ਕਿਸਾਨਾਂ ਨੇ ਆਗੂ ਨੂੰ ਛਡਾਉਣ ਵਾਸਤੇ ਕਿ ਸਾਡੇ ਆਗੂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਗਲਤ ਕੀਤਾ ਉਹ ਚਲੇ ਪਏ ਟੋਲ ਪਲਾਜ਼ੇ ਜੀ ਟੋਲ ਪਲਾਜੇ ਨੂੰ ਜਾ ਰਹੇ ਸੀ ਤੇ ਉੱਥੇ ਫਿਰੋਕੜ ਕਾਈ ਹੋਗੀ ਉੱਥੇ ਲੜਾਈ ਹੋਗੀ ਝਗੜਾ ਹੋਇਆ ਝੜਪ ਹੋਈ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਹੁਣ ਪ੍ਰੀਤਮ ਸਿੰਘ ਨੂੰ ਚੱਕ ਕੇ ਲੈ ਗਏ ਵੀ ਲੋ ਜੀ ਦਾ ਆਪਾਂ ਲਾਸ ਕਰੋਣੇ ਤਾਂ ਵਿਚਾਰਾ ਰਾਤ ਹੀ ਸ਼ਹੀਦ ਹੋ ਗਿਆ ਸੀ ਜੀ ਸੰਯੁਕਤ ਕਿਸਾਨ ਮੋਰਚੇ ਨੇ ਉਹਨੂੰ ਆਪਣਾ ਸ਼ਹੀਦ ਮੰਨ ਲਿਆ ਵੀ ਇਹ ਕਿਸਾਨ ਅੰਦੋਲਨ ਦਾ ਸ਼ਹੀਦ ਹੈ ਜੀ ਉਹਦਾ ਪਰਿਵਾਰ ਜਿਹੜਾ ਹੈਗਾ ਉਹ ਜੱਜ ਕੇ ਘੁੜਤਾ ਸਾਨੂੰ ਫਖਰ ਹੈ ਮੈਂ ਉਹਦੀ ਵਾਈਫ ਦੀ ਇੰਟਰਵਿਊ ਸੁਣੀ ਹੈ ਉਹ ਕਹਿੰਦੀ ਤਾਂ ਸੰਘਰਸ਼ਾਂ 'ਚ ਰਹਿਣ ਵਾਲਾ ਬੰਦਾ ਸੀ ਪਹਿਲਾਂ ਵੀ ਇਹ ਸਾਲ ਪਰ ਸੰਘਰਸ਼ਾਂ 'ਚ ਹੀ ਰਹਿੰਦਾ ਰਿਹਾ ਅਨ ਟਾਲੀ ਜਾ ਸਕਣ ਵਾਲੇ ਕਾਰਨਾ ਵੇਲੇ ਹੀ ਕਰੇ ਹੁੰਦਾ ਸੀ ਜੀ ਦੁੱਧ ਪਾਣੀ ਇਕੱਠਾ ਕਰਕੇ ਲੰਗਰ ਦੇ ਵਿੱਚ ਵੀ ਉੱਥੇ ਸੇਵਾ ਕਰਦਾ ਸੀ ਉਹ ਦਿਨ ਵੀ ਇੱਕ ਵਾਰੀ ਨਹੀਂ ਦੋ ਵਾਰੀ ਗਿਆ ਪਹਿਲਾਂ ਪਹਿਲਾਂ ਗਿਆ ਫਿਰ ਰੋਟੀ ਖਾ ਕੇ ਦੁਬਾਰਾ ਫੇਰ ਗਿਆ ਜੀ ਤੇ ਉਹ ਕੋ ਬੀਬੀ ਕਹਿੰਦੀ ਹੈ ਕਹਿੰਦੀ ਵੀ ਜਦੋਂ ਕਹਿੰਦੀ ਵੀ ਸਾਡਾ ਗਵਾਂਢੀ ਜਿਹੜਾ ਮੁੰਡਾ ਭਤੀਜਾ ਸੀ ਉਹਨਾਂ ਦਾ ਉਹਨੇ ਕਿਹਾ ਮਾਸੀ ਚਾਚੇ ਦੀ ਫੋਟੋ ਹੈ ਕੋਈ ਮੱਥਾ ਤਾਂ ਕਹਿੰਦੀ ਮੇਰਾ ਉਹਦੇ ਠੜ ਗਿਆ ਸੀ ਵੀ ਇਹ ਫੋਟੋ ਮੰਗਦੇ ਕੋਈ ਗੱਲ ਹੈ ਜੀ 60 ਵਜੇ ਹੈ 60 ਵਜੇ ਕੋਈ ਗੱਲ ਨਹੀਂ ਸਿਰ ਅਗਲੇ ਦਿਨ ਕਹਿੰਦੀ ਵੀ ਉਹ ਵਿਚਾਰਾ ਗੜ ਲਾ ਕੇ ਰੋਣ ਲੱਗਿਆ ਵੀ ਤਰਿਆ ਨਹੀਂ ਸ਼ਹੀਦ ਹੋ ਗਿਆ ਜੀ ਉਹ ਜਿਹੜਾ ਸ਼ਹੀਦ ਹੋ ਗਿਆ ਸ਼ਹੀਦ ਹੋਣ ਤੋਂ ਬਾਅਦ ਉਹਦੀ ਜਿਹੜੀ ਡੈੱਡ ਬੋਡੀ ਉਹ ਮੌਰਚਰੀ ਚ ਰੱਖਤੀ ਪਟਿਆਲੇ ਜੀ ਪਟਿਆਲੇ ਮੌਰਚਰੀ ਚ ਆ ਕੇ ਉਸ ਸਸਕਾਰ ਤੇ ਰੋਲਾ ਪਿਆ ਬੈ ਪੋਸਟ ਮਾਰਟ ਨੂੰ ਤੇ ਰੋਲਾ ਪਿਆ ਵੀ ਹੁਣ ਕੀ ਕਰਗੀ ਫਿਰ ਕਿਸਾਨਾਂ ਨਾਲ ਗੱਲ ਕਰੋ ਲੜਾਈ ਜਿਹੜੀ 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 ਲਾਠੀ ਚਾਰਜ ਕੀਤਾ ਜਿਹੜੀ ਗੜਬੜ ਹੋਈ ਹੈ ਉਹ ਗੜਬੜ ਸੰਗਰੂਰ ਚ ਹੋਈ ਜੀ ਪਰ ਮੈਂ ਕੱਲੀ ਸੰਗਰੂਰ ਪੁਲਿਸ ਦੀ ਗਲਤੀ ਨਹੀਂ ਮੰਨਦਾ ਇਹਦੇ ਵਿੱਚ ਸੰਗਰੂਰ ਪੁਲਿਸ ਨੇ ਤਾਂ ਉਹਦੇ ਤੇ ਇੰਪਲੀਮੈਂਟ ਕੀਤਾ ਹੁਕਮ ਜੀ ਹੁਕਮ ਕੀਤਾ ਸੀ ਜੀ ਇਹ ਵੇਖਣ ਵਾਲੀ ਗੱਲ ਤਾਂ ਇਹ ਉਹਨਾਂ ਨੇ ਤਾਂ ਇੰਪਲੀਮੈਂਟ ਕੀਤਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਹੁਕਮ ਦਿੱਤਾ ਤਾਂ ਮੇਰੇ ਖਿਆਲ ਹੈ ਉਹਨਾਂ ਨੇ ਹੀ ਆਈਜੀ ਪਟਿਆਲਾ ਰੇਂਜ ਜੀ ਮੁਖਵਿੰਦਰ ਸਿੰਘ ਛੀਨਾ ਨੂੰ ਕਹਿੰਦਾ ਜੀ ਹੁਣ ਇਹਨਾਂ ਨਾਲ ਗੱਲ ਕਰੋ ਮੁਖਵਿੰਦਰ ਸਿੰਘ ਛੀਨਾ ਨਾਲ ਗੱਲ ਕਰਦਾ ਉਹ ਕਹਿੰਦੇ ਜੀ ਸਾਡਾ ਬੰਦਾ ਜਸਵਿੰਦਰ ਸਿੰਘ ਦੀ ਗੱਲ ਕਰੂਗਾ ਜੀ ਕਹਿੰਦੇ ਜਸਵਿੰਦਰ ਸਿੰਘ ਨੂੰ ਰਿਹਾ ਕਰਦ ਨੇ ਜੀ ਫਿਰ ਜਸਵਿੰਦਰ ਸਿੰਘ ਨੂੰ ਰਿਹਾ ਕਰਤਾ ਜਸਵਿੰਦਰ ਸਿੰਘ ਨਾਲ ਗੱਲ ਕਰ ਰਿਹਾ ਗੱਲਬਾਤ ਚੱਲੀ ਜਾਂਦੀ ਅੱਜ ਤੱਕ ਤਾਂ ਮੈਨੂੰ ਪਤਾ ਨਹੀਂ ਕਿ ਇਹਦੀ ਕੱਲ ਦੀ ਗੱਲ ਹੈ ਜੀ ਹੁਣ ਇਹ ਕਿ ਇਹਦਾ ਮਤਲਬ ਹੈ ਵੀ ਜੀ ਤੁਸੀਂ ਇਹੀ ਕੁਛ ਕਰਨਾ ਸੀ ਇੱਕ ਬੰਦਾ ਮਰਵਾਉਣਾ ਸੀ ਜੀ ਸਰਕਾਰ ਦੀ ਬਦਨਾਮੀ ਕਰਾਉਣੀ ਸੀ ਜਾਂ ਸਰਕਾਰ ਨੇ ਆਪਣੀ ਬਦਨਾਮੀ ਕਰਾਉਣੀ ਸੀ ਜੀ ਉਸ ਬੰਦੇ ਨੂੰ ਐਸ ਢੰਗ ਦੇ ਨਾਲ ਜਿਹੜਾ ਹੈਗਾ ਤੁਸੀਂ ਪਹਿਲਾਂ ਗ੍ਰਿਫਤਾਰ ਕੀਤਾ ਜਦੋਂ ਹੁਣ ਤੁਹਾਡਾ ਪ੍ਰੈਸ਼ਰ ਮੰਨ ਤਾਂ ਤੁਸੀਂ ਬਣ ਲਿਆ ਤੁਸੀਂ ਛੱਡਤਾ ਜੀ ਇਹਦਾ ਮਤਲਬ ਹੈ ਕਿ ਤੁਹਾਡਾ ਪਹਿਲਾ ਸਟੈਪ ਗਲਤ ਸੀ ਜਿਨੇ ਵੀ ਉਹ ਫੈਸਲਾ ਲਿਆ ਕਿ ਕਿਸਾਨਾਂ ਨੂੰ ਰੋਕੋ ਉਹਨਾਂ ਸਾਰਿਆਂ ਦਾ ਫੈਸਲਾ ਗਲਤ ਸੀ ਔਰ ਹੁਣ ਜਿਹੜੀ ਜਿੱਥੋਂ ਦੀ ਗੱਲ ਚੱਲ ਰਹੀ ਹੈ ਇਹ ਗੱਲ ਕੱਲੀ ਇੱਥੇ ਆ ਕਿ ਨਹੀਂ ਮੁਕਣੀ ਜੀ ਕਿ ਜੇ ਆਪਾਂ ਪ੍ਰੀਤਮ ਸੁਨਾਸ ਸਸਕਾਰ ਕਰਦੀ ਤੇ ਗੱਲ ਮੁੱਕ ਜੂ ਚਲੋ ਪਰਿਵਾਰ ਨੂੰ ਉਹਨਾਂ ਦਾ ਜਿਹੜਾ ਕਰਜ਼ਾ ਉਹਤੇ ਵੀ ਲੀਕ ਮਾਰ ਦੇਣਗੇ ਇੱਕ ਜੀ ਨੂੰ ਨੌਕਰੀ ਵੀ ਦੇ ਦੇਣਗੇ ਮੁਆਵਜ਼ਾ ਵੀ ਦੇ ਦੇਣਗੇ ਪਰ ਕੀ ਤੁਹਾਡਾ ਖਿਆਲ ਹੈ ਗੱਲ ਮੁੱਕ ਜੂਗੀ ਜਿਹੜੇ ਮੁੱਦੇ ਮੁੱਦੇ ਤਾਂ ਜਿਉਂਦੀ ਤਿਉਹ ਖੜੇ ਕਿਸਾਨਾਂ ਦਾ ਅੰਦੋਲਨ ਤਾਂ ਉੱਥੇ ਹੀ ਖੜਾ ਅੰਦੋਲਨ ਤਾਂ ਦਿਨ-ਬਦਨ ਤਿੱਖਾ ਹੋ ਰਿਹਾ ਜੀ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਵਾਲੀ ਗੱਲ ਹੈਗੀ ਉਹ ਤਾਂ ਜੋ ਐਸ ਵੇਲੇ ਪਿੰਡਾਂ ਦੀ ਹਾਲਤ ਬਣੀ ਵੀ ਹੈ ਲੋਕ ਤਫੇ ਪਏ ਸੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਗੱਲ ਵਧੂਗੀ ਇਸ ਕਰਕੇ ਜੇ ਗੱਲ ਵਧੂਗੀ ਤਾਂ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਆਪਣੀ ਪੀੜੀ ਢੋਟਾ ਮਾਰੋ ਇਹ ਹੋਇਆ ਕਿਉਂ ਹੈ ਕਿੱਥੇ ਹੋਇਆ ਹੈ ਕੌਣ ਜ਼ਿੰਮੇਵਾਰ ਹੈ ਤੁਸੀਂ ਇਹ ਦੇਖੋ ਕਿ ਐਸ ਵੇਲੇ ਕੀ ਹੈ ਮੇਰਾ ਇਹ ਮੰਨਣਾ ਹੈ ਕਿ ਇਹ ਮਾਲੂਏ ਦਾ ਉਹ ਹਿੱਸਾ ਹੈ ਸੰਗਰੂਰ ਬਰਨਾਲਾ ਮਹਿਲਕਲਾ ਲੋਂਗੋਵਾਲ ਇਧਰਲੇ ਪਾਸੋਂ ਸਾਡੇ ਮਾਨਸਾ ਸਾਰੇ ਦਾ ਸਾਰਾ ਜ਼ਿਲ੍ਹਾ ਇਹ ਉਹ ਹੈ ਜਿਹੜਾ ਸੰਘਰਸ਼ਾਂ ਦਾ ਪੇੜ ਹੈ ਜੀ ਜਿੱਥੇ ਵੱਡੇ ਵੱਡੇ ਸੰਘਰਸ਼ ਜਿਹੜੇ ਹੈਗੇ ਲੜੇ ਗਏ ਤੇ ਜਿੱਤੇ ਗਏ ਉਹ ਤੋਂ ਪਹਿਲਾਂ ਤੁਸੀਂ ਮਾਨਸਾ ਆ ਪੰਗਾਲੀ ਬੈਠੇ ਬਿਲਕੁਲ ਜੀ ਮਾਨਸਾ ਤੁਸੀਂ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜਾ ਬੰਦਾ ਅੰਦੋਲਨ ਚਲਾਉਂਦਾ ਉਹਨੂੰ ਫੜ ਕੇ ਤੁਸੀਂ ਅੰਦਰ ਕਰੀ ਬੈਠੇ ਹੋ ਹੁਣ ਅੰਦਰ ਕਰਨ ਤੋਂ ਬਾਅਦ ਵੀ ਉਹਨੂੰ ਚੱਕ ਕੇ ਵੀ ਕਿਉਂਕਿ ਉਹਨੂੰ ਕਹਿੰਦੇ ਜਮਾਨਤ ਕਰਾ ਲਓ ਹੁਣ ਮੈਨੂੰ ਅੰਦਰਲੀ ਗੱਲ ਦਾ ਪਤਾ ਲੱਗਿਆ ਹੈ ਉਹਦੇ ਤੇ ਦਬਾਅ ਪਾ ਰਹੇ ਹੈ ਜੀ ਕਿ ਛੋਟੇ ਦੀ ਜਮਾਨਤ ਕਰਵਾ ਲਓ ਉਹਨਾਂ ਦਾ ਫੈਸਲਾ ਉਹ ਕਹਿੰਦੇ ਜਮਾਨਤ ਨਹੀਂ ਕਰਵਾਉਣੀ ਚੰਗਾ ਕਹਿੰਦੇ ਜਮਾਨਤ ਨਹੀਂ ਕਰਨ ਤਾਂ ਫਿਰ ਇਹਨੂੰ ਸਜਾ ਦੇ ਦੇ ਨੂੰ ਮੁਕਸਰ ਭੇਜੋ ਜੀ ਜਿਹੜਾ ਬੰਦਾ ਜੇਲ੍ਹ ਤੇ ਆਉ ਇੱਥੇ ਤੇ ਉੱਥੇ ਉਹਨੂੰ ਫਰਕ ਕੀ ਪੈਂਦਾ ਹੈ ਬਿਲਕੁਲ ਜੀ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਉਹਦੇ ਵਿੱਚੋਂ ਫਿਰ ਜਿਹੜਾ ਹੈਗਾ ਜਿਹੜਾ ਉਹਦੇ ਅੰਦਰੋਂ ਜਿਹੜਾ ਪ੍ਰਤੀਕਰਮ ਹੋਣਾ ਹੈ ਉਹ ਪ੍ਰਤੀਕਰਮ ਹੋ ਰਿਹਾ ਹੈ ਇੱਕ ਪਾਸੇ ਤੁਸੀਂ ਨਸ਼ੇ ਦੇ ਮੁੱਦੇ ਦੇ ਉੱਤੇ ਜਿਹੜਾ ਆंदोलਨ ਕਰਨ ਵਾਲੇ ਲੋਕਾਂ ਦੂਜੇ ਪਾਸੇ ਤੁਸੀਂ ਕਿਸਾਨਾਂ ਨਾਲ ਪੰਗਾ ਲਈਏ ਨਹੀਂ ਤੇ ਫਿਰ ਤੁਸੀਂ ਪੰਚਾਇਤ ਚੋਣਾਂ ਵੀ ਆਗਿਆ ਉਦੋਂ ਪੰਚਾਇਤ ਚੋਣਾਂ ਤੁਸੀਂ 6 ਮਹੀਨੇ ਪਹਿਲਾਂ ਕਰਤੀਆਂ ਜੀ ਉਹ ਕਾਂਗਰਸ ਪਾਰਟੀ ਵਾਲਿਆਂ ਨੇ ਕੱਲ ਉੱਥੇ ਵੱਡਾ ਧਰਨਾ ਦਿੱਤਾ ਔਰ ਉਹ ਕਹਿੰਦੇ ਅਸੀਂ ਇਸ ਅੰਦੋਲਨ ਨੂੰ ਲੋਕਾਂ ਚ ਲੈ ਕੇ ਜਾਵਾਂਗੇ ਜੀ ਇਹ ਗਾਂ ਪ੍ਰਤਾਪ ਸਿੰਘ ਬਾਜਵਾ ਉੱਥੇ ਭਾਸ਼ਣ ਕਰਦਾ ਉਹ ਕਹਿੰਦਾ ਜੀ ਭਗਵੰਤ ਮਾਨ ਦੇ ਵਿੱਚ ਤਾਂ ਹਿਟਲਰ ਦੀ ਰੂਹ ਆ ਗਈ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਦੇਖੋ ਕਿ ਕਿੱਥੋਂ ਗੜਬੜ ਕਿੱਥੋਂ ਹੁੰਦੀ ਹੈ ਬਿਲਕੁਲ ਜੀ ਮੇਰਾ ਇਹ ਮੰਨਣਾ ਹੈ ਕਿ ਪੁਲਿਸ ਨੇ ਪੁਲਿਸ ਨੇ ਸਰਕਾਰ ਦੀ ਇੱਜ਼ਤ ਬਣਾਉਣੀ ਹੁੰਦੀ ਹੈ ਤੇ ਪੁਲਿਸ ਨੇ ਮਿੱਟੀ 'ਚ ਰੋਲਣੀ ਹੁੰਦੀ ਹੈ। ਪੁਲਿਸ ਨੂੰ ਐਸਵੇ ਡੀਲ ਕੌਣ ਕਰਦਾ ਹੈ? ਜੀ। ਭਗਵੰਤ ਮਾਨ ਆਪ ਜਿਹੜੇ ਹੈਗੇ ਮੁੱਖ ਮੰਤਰੀ ਵੀ ਹੈ, ਗ੍ਰਹਿ ਮੰਤਰੀ ਵੀ ਹੈ। ਜੀ। ਉਹਦਾ ਦੁਨ ਦਾ ਬਹੁਤਾਂ ਟਾਈਮ ਜਿਹੜਾ ਹੈਗਾ ਬਾਹਰ ਲੀਆਂ ਸਟੇਟਾਂ ਦੇ ਵਿੱਚ ਪਾਰਟੀ ਨੂੰ ਮਜੂਦ ਕਰਨ ਤੇ ਲੱਗਦਾ ਹੈ ਕੇਜਰੀਵਾਲ ਦੇ ਨਾਲ ਚਲੇ ਜਾਂਦੇ ਆ ਉਸ ਤੋਂ ਬਾਅਦ ਕੌਣ ਦੇਖਦਾ ਇੱਥੇ? ਜੀ। ਇਹ ਚੀਜ਼ਾਂ ਦੇਖਣ ਵਾਲੀ ਗੱਲ ਹੈ ਕਿ ਕੌਣ ਵੱੱਦਾ ਦੇਖਦਾ ਹੈ, ਕਿਵੇਂ ਕਿਸ ਢੰਗ ਦੇ ਨਾਲ ਕੌਣ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਕਿਉਂਕਿ ਪੁਰਸ ਦਾ ਕੰਮ ਹੈ ਪੁਲਿਸ ਨੂੰ ਲਾਂਡ ਆਰਡਰ ਨੂੰ ਮੰਨ ਤੇ ਰੱਖਣਾ। ਲਾਂਡ ਆਰਡਰ ਨੂੰ ਕਿਸ ਹੱਦ ਤੱਕ ਲੈ ਕੇ ਜਾਣਾ ਹੈ ਪੁਲਿਸ ਦੀ ਪਾਵਰ ਨੂੰ ਇਸਤੇਮਾਲ ਕਰਨਾ ਲਾਂਡ ਆਰਡਰ ਨੂੰ ਕੰਟਰੋਲ ਕਰਨ ਵਾਸਤੇ ਇਹ ਫੈਸਲੇ ਪੋਲਿਟੀਕਲ ਲੀਡਰਸ਼ਿਪ ਨੇ ਲੈਣੇ ਹੁੰਦੇ ਜੀ ਅੱਜ ਜੋ ਕੁਝ ਹੋ ਰਿਹਾ ਹੈ ਇਹ ਇਹਦੇ ਨਾਲ ਤਾਂ ਕਿਤੇ ਪੱਧਰ ਹੁੰਦਾ ਸੀਗਾ ਕਿਸਾਨ ਅੰਦੋਲਨ ਬਾਰੇ ਆਪਾਂ ਅਮਰਿੰਦਰ ਸਿੰਘ ਦੇ ਦੌਰ ਦੀ ਜਿਹੜੀ ਮਿਸਾਲ ਦਿੱਤੀ ਹੈ ਕਿਉਂ ਦਿੱਤੀ ਹੈ ਭਗਵੰਤ ਮਾਨ ਨੂੰ ਤਾਂ ਉਹਨਾਂ ਹਾਲਾਤਾਂ ਦਾ ਇਹ ਸਾਹਮਣਾ ਨਹੀਂ ਕਰਨਾ ਪਿਆ ਕਿਸਾਨ ਬੀਬੀਆਂ ਨੇ ਵੀ ਤਾਰੀਫ ਕੀਤੀ ਹੈ ਕੈਪਟਨ ਸਾਹਿਬ ਦੀ ਕਿ ਉਦੋਂ ਉਸ ਟਾਈਮ ਦੇ ਵਿੱਚ ਸਾਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਂਗਲ ਵੀ ਨਹੀਂ ਲਾਈ ਉਹ ਤਾਂ ਦਲਵੀਰ ਜੀ ਹੁਣ ਮੈਂ ਤੁਹਾਨੂੰ ਦੱਸ ਦੇਣਾ ਆ ਆਪਣੇ ਸਾਹਮਣੇ ਆਜੋ ਤੁਸੀਂ ਵੀ ਆ ਜਿਹੜਾ ਕੀ ਹੈ ਪ੍ਰਸ਼ਾਸਨਿਕ ਕੰਪਲੈਕਸਾ ਧਰਨਾ ਇੱਥੇ ਲੱਗਿਆ ਹੁੰਦਾ ਸੀ ਜੀ ਪ੍ਰਸ਼ਾਸਨਿਕ ਕੰਪਲੈਕਸ ਦੀਆਂ ਜਿੰਨੇ ਬਾਥਰੂਮ ਸੀ ਜਿੰਨੀਆਂ ਟਾਇਲਟ ਸੀ ਸਾਰੀਆਂ ਹੁਕਮ ਦਿੱਤੀਆਂ ਸੀ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਸਫਾਈ ਕਰਾ ਕੇ ਰੱਖਿਆ ਕਰੋ ਇਹਨਾਂ ਨੂੰ ਖੋਲ ਦਿਓ ਜੀ ਤਾਂ ਕਿ ਜਿਹੜੇ ਅੰਦੋਲਨਕਾਰੀ ਆ ਜਿਹੜੀ ਕਾਲ ਆਫ ਨੇਚਰ ਆ ਉਹਦੇ ਮੁਤਾਬਕ ਉਹ ਆਪਣਾ ਸੁਰਖਰੂ ਖੋਲ ਲੈਣ ਜੀ ਉਦੇ ਵਾਸਤੇ ਕੀਤਾ ਸੀ ਸਰਕਟ ਹਾਊਸ ਬਠਿੰਡਾ ਦੇ ਸਾਰੀਆਂ ਜਿਹੜੇ ਹੈਗੇ ਜਿਹੜੇ ਬਾਥਰੂਮ ਬਣ ਖਲਵਾਤੇ ਸੀ ਜੀ ਉਹ ਸਾਰਾ ਕੁਝ ਕੀਤਾ ਕਰਾਇਆ ਸੀ ਇਹੀ ਚੀਜ਼ ਹੁੰਦੀ ਹੈ ਨਾ ਕਿ ਤੁਸੀਂ ਉਹਨਾਂ ਨੂੰ ਬਿਨੋਵਰ ਕਰੋ ਜੀ ਅੰਦੋਲਨਕਾਰੀ ਅੰਦੋਲਨ ਕਰਨ ਦਾ ਜੀ ਕੀ ਦਾ ਕਰਦਾ ਯਾਰ ਕੌਣ ਘਰ ਛੱਡ ਕੇ ਜਾਂਦਾ ਹੈ ਜੇ ਤੁਸੀਂ ਕਾਰੋਬਾਰ ਛੱਡ ਕੇ ਚਲੇ ਜਾਓਗੇ ਮੈਂ ਕਾਰੋਬਾਰ ਛੱਡ ਕੇ ਚਲਾ ਆਪਾਂ ਨੂੰ ਕਵਰਜ ਕਰਨ ਜਾਂਦੇ ਆਪਾਂ ਫਿਰ ਵੀ ਫਿਰ ਵੀ ਆਪਾਂ ਕਰਦੇ ਆ ਯਾਰ ਗਰਮੀ ਬਹੁਤ ਅੱਜ ਤਾਂ ਪਸੀਨਾ ਬੜਾ ਆ ਰਿਹਾ ਤੇ ਜਿਹੜੇ ਉੱਥੇ ਧੁੱਪੇ ਵਿਚਾਰੇ ਮੱਚਦੇ ਆ ਉਹ ਬਜ਼ੁਰਗ ASCII ਸਾਲ ਦੇ ਮੱਚਦੇ ਕਿਸੇ ਨੂੰ ਤਰਸ ਨਹੀਂ ਆਉਂਦਾ ਇਹ ਡੀਲ ਕਿਵੇਂ ਕਰ ਰਹੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਹੀ ਗੱਲ ਹੈ ਇਹ ਸਰਕਾਰ ਜਾ ਕਿਹੜੇ ਪਾਸੇ ਨੂੰ ਰਹੀ ਹੈ ਕਿਧਰ ਨੂੰ ਲੈ ਕੇ ਜਾ ਰਹੀ ਹੈ ਮੈਂ ਸਰਕਾਰ ਦਾ ਆਲੋਚਕ ਨਹੀਂ ਮੈਂ ਇਹਨੂੰ ਸੰਤੁਸ਼ਟੀ ਸੀ ਇਸ ਗੱਲ ਦੀ ਕਿਸੇ ਹੱਦ ਤੱਕ ਮੈਂ ਵੀ ਸਰਕਾਰ ਦੀ ਇਸ ਪਾਰਟੀ ਦੀ ਮਦਦ ਕੀਤੀ ਹੈ ਕਿ ਪੁਰਾਣੇ ਨੇ ਤਪਾਏ ਪਏ ਹੈ ਜੀ ਉਹਨਾਂ ਦੇ ਖਿਲਾਫ ਅਸੀਂ ਵੀ ਜਿੰਨੇ ਸੀਗੇ ਸੱਜਣ ਮਿੱਤਰ ਉਹਨਾਂ ਦੀ ਆਪਾਂ ਮਦਦ ਕਰਦੇ ਹਾਂ ਤੁਸੀਂ ਜਾਣਦੇ ਬਿਲਕੁਲ ਪਰ ਹੁਣ ਜਦੋਂ ਟੇਢੇ ਪਾਸੇ ਨੂੰ ਜਾਣ ਲੱਗੇ ਜੇ ਗੱਡੀ ਦੀ ਗੱਡੀ ਜਿਹੜੀ ਹੈਗੀ ਹੈ ਜਾਣੀ ਤਾਂ ਚੜਦੇ ਨੂੰ ਤੇ ਜੇ ਲੈਂਦੇ ਵਾਲੇ ਪਾਸੇ ਨੂੰ ਮੋੜ ਲਾਂਗੇ ਉਹਨੂੰ ਆਪਾਂ ਤਾਂ ਕੰਮ ਖਰਾਬ ਹੋਊਗਾ ਬਿਲਕੁਲ ਇਹ ਗੱਡੀ ਨੂੰ ਜਿਹੜੀ ਹੈਗੀ ਇਹ ਦੇਖਣਾ ਪੈਣਾ ਕਿ ਗੱਡੀ ਪੁੱਠੇ ਪਾਸੇ ਨੂੰ ਜਾ ਰਹੀ ਹੈ ਇਹਨੂੰ ਵਿਚਾਲੋ ਜੀ ਬਿਲਕੁਲ ਢਿਲੋ ਸਾਹਿਬ ਹੁਣ ਇੱਕ ਅਗਲੀ ਹੋਰ ਜਿਹੜੀ ਚਿੰਤਾ ਵਧਾਉਣ ਵਾਲੀ ਗੱਲ ਹੈ ਹਿਮਾਚਲ 'ਚ ਮੀਂਹ ਪੈਂਦਾਗਾ ਤਾਂ ਪੰਜਾਬ ਦੀ ਚਿੰਤਾ ਵੱਧ ਜਾਂਦੀ ਹੈ ਜੀ ਇਹ ਬਿਲਕੁਲ ਜੀ ਬੜਾ ਖਤਰਨਾਕ ਦੌਰ ਹੈ ਜਿਹੜੇ ਕਹਿੰਦੇ ਇਸ ਵੇਲੇ ਹਿਮਾਚਲ 'ਚ ਮੀਂਹ ਪੈ ਰਿਹਾ ਹੈ ਜੀ ਕੱਲ ਪਰਸੋਂ ਵੀ ਮੀਂਹ ਕਾਫੀ ਪਿਆ ਹੈ ਫਿਰ ਢਿੱਗਾਂ ਡਿੱਗੀਆਂ ਜਿਹਨੂੰ ਆਪਾਂ ਲੈਂਡਸਲਾਈਡ ਕਹਿ ਦਿੰਨੇ ਆ ਜੀ ਰਸਤੇ ਰੁਕੇ ਹੋਏ ਐ ਔਰ ਬੜੀ ਜਿਹੜੀ ਹੈਗੀ ਉੱਥੋਂ ਦੀ ਸਰਕਾਰ ਜਿਹੜੀ ਹੈ ਉਹ ਪਛੋਪੇ ਸ਼ਬੀ ਹੁਣ ਕਰੀਏ ਕੀ ਜੀ ਸਾਡੀ ਸਰਕਾਰ ਤਾਂ ਕਹਿੰਦੀ ਸਾਡੇ ਕੋਲੇ ਪੈਸੇ ਆ ਉਹ ਕਹਿੰਦੀ ਨਹੀਂ ਸਾਡੇ ਕੋਲੇ ਪੈਸੇ ਆ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਰਿਲੀਫ ਫੰਡ ਦਿੱਤਾ ਹੈ ਜੀ ਸਾਨੂੰ 218 ਕਰੋੜ ਰੁਪਏ ਤੋਂ ਥੋੜੇ ਜੇ ਪੈਸੇ ਵੱਧ ਦਿੱਤੇ ਸੀ ਲੇਕਿਨ ਹਿਮਾਚਲ ਨੂੰ 95 ਵੱਧ ਦਿੱਤੇ ਜੀ ਹੈ ਸਰਕਾਰ ਉੱਥੇ ਵੀ ਨਾਨ ਬੀਜਪੀ ਹੈ ਉਥੇ ਕਾਂਗਰਸੀ ਸਰਕਾਰ ਹੈ ਤੇ ਆਪ ਦੀ ਸਰਕਾਰ ਹੈ। ਔਰ ਇਹਨਾਂ ਦੋਨਾਂ ਨਾਲੋਂ ਵੱਧ ਜਿਹੜੇ ਹੈਗੇ ਦਿੱਤੇ ਆ ਗੁਜਰਾਤ ਨੂੰ। ਜੀ। ਗੁਜਰਾਤ ਜਿੰਨਾ ਨੁਕਸਾਨ ਜਿੰਨਾ ਗੁਜਰਾਤ ਦਾ ਹਿੱਸਾ ਬਣਦਾ ਸੀ ਉਹਦਾ 73% ਦਿੱਤਾ। ਜੀ। ਸਭ ਤੋਂ ਵੱਧ ਪੈਸੇ ਉਥੇ ਦਿੱਤੇ। ਪਰ ਸੁੱਖੂ ਰਵਾ ਨਹੀਂ ਪਉਦਾ। ਵੀ ਮੈਨੂੰ ਪੈਸੇ ਨੂੰ ਕਹਿੰਦਾ ਜੀ ਦਿਓ ਪੈਸੇ ਸਾਨੂੰ ਚਾਹੀਦੇ ਆ ਜੀ ਉਹ ਕਰ ਕਰ ਕੇ ਉਹ ਲਈ ਜਾਂਦੇ। ਜੀ। ਉੱਥੇ باوجود ਇਸ ਗੱਲ ਦੇ ਕਿ ਪੈਸੇ ਮਿਲੇ ਪਰ ਬਰਬਾਦੀ ਬਹੁਤ ਜ਼ਿਆਦਾ ਸਾਰੇ ਤਾਂ ਬਰਬਾਦੀ ਕੱਲੀ ਬਰਬਾਦੀ ਬਰਬਾਦੀ ਇਹ ਪੈਸੇ ਸਾਡੇ ਕੋਲੇ ਹੈ ਹੀ ਨਹੀਂ ਜੀ 186 ਕਰੋੜ ਰੁਪਏ ਕਹਿੰਦੇ ਜੀ ਕੱਲ ਰਿਹਾ ਆਪਣਾ ਰਿਲੀਜ਼ ਕਰਤੇ ਆ ਜੀ ਇਧਰ ਰਾਹਤ ਦੇਣ ਵਾਸਤੇ 218 ਕਰੋੜ ਦੇ ਵਿੱਚੋਂ 186 ਕਰੋੜ ਕੀਤੇ ਜੀ ਇਹਦੇ ਤੇ ਭਾਪੀ ਨੇ ਛੁਟਕਾਰਾ ਲੈਣੇ ਸ਼ੁਰੂ ਕਰ ਦਿੱਤੇ ਕਿ ਪੈਸੇ ਤਾਂ ਤੁਹਾਨੂੰ ਵੱਧ ਦਿੱਤੇ ਸੀ ਤੁਸੀਂ ਰੋਕ ਕਿਉਂ ਲੇ ਜੀ ਉਹ ਘਰ ਖਰਚਾ ਵਰਤਾ ਦੁੱਧ ਜਾਂ ਕਿਸ਼ਤਾਂ ਵਗੈਰਾ ਚੱਲਦੇ ਨੇ ਉਹਦੇ ਤੇ ਵੀ ਤਾਂ ਪੈਸਾ ਲੱਗਦਾ ਉਹ ਹੁਣ ਘਰੋਂ ਤਾਂ ਲਾਏ ਨਹੀਂ ਜਾਨੀ ਕਿਸੇ ਜੀ ਬੈਸੀ ਸਾਡੇ ਕੋਲੇ ਪੈਸੇ ਨਹੀਂ ਪਰ ਹੁਣ ਜਿਹੜਾ ਮੀਂਹ ਪੈ ਰਿਹਾ ਇਹ ਦੇ ਮੀਂਹ ਦੇ ਨਾਲ ਜਿਹੜਾ ਪਿਛਲੇ ਚੱਕ ਚੱਕ ਕੇ ਜਿਹੜੇ ਆਪਣੇ ਉਹ ਗੇਟ ਚੱਕ ਚੱਕ ਕੇ ਪਾਣੀ ਥੋੜਾ ਡਾਊਨ ਕੀਤਾ ਸੀ ਤਿੰਨਾ ਡੈਮਾਂ ਦਾ ਪਾਖੜਾ ਡੈਮ ਪੌਂਗ ਡੈਮ ਰੰਜੀਤ ਸਾਗਰ ਡੈਮ ਉਹ ਪਾਣੀ ਫਿਰ ਉਹ ਦਰ ਨਾਲ ਸ਼ੁਰੂ ਹੋ ਗਿਆ ਕਿ ਜਿੰਨਾ ਪਿਛਾਂ ਪਾਣੀ ਪੈਣਾ ਉਹਨਾਂ ਜਾਣੇ ਕਿੱਥੇ ਦਾ ਡੈਮਾਂ ਚ ਹੀ ਹੋਣਾ ਹੈ ਬਿਲਕੁਲ ਉੱਥੇ ਰੁਕਣਾ ਹੈ ਇਸ ਕਰਕੇ ਇਹ ਪਹਿਲਾਂ ਜਿਹੜਾ ਸੀ ਜੈਲੋ ਅਲਰਟ ਸੀ ਹੁਣ ਇਹ ਐਡ ਅਲਰਟ ਹੋ ਗਿਆ ਜੀ ਪਤਾ ਹੀ ਲੱਗਿਆ ਕਿ ਅਗਲੇ 5-6 ਦਿਨਾਂ ਦੇ ਵਿੱਚ ਵਾਰਸ਼ਾ ਹੋਰ ਆਉਣੀਆਂ ਹੈ इवन ਪੰਜਾਬ ਦੇ ਵਿੱਚ ਵੀ ਆ ਰਹੀ ਹੈ ਜੀ ਔਰ ਪੰਜਾਬ ਦੇ ਵਿੱਚ ਤਾਂ 26 ਤਾਰੀਖ ਤੱਕ ਸਾਰੇ ਸਕੂਲ ਵੀ ਬੰਦ ਕਰਤੇ ਜੀ ਅੱਜ ਆ ਗਈ ਹੈ ਖਬਰ ਕਿ 26 ਤਾਰੀਖ ਤੱਕ ਸਕੂਲ ਵੀ ਬੰਦ ਕਰਤੇ ਕੁੱਲ ਮਿਲਾ ਕੇ ਆਪਾਂ ਦੇਖੀ ਤਾਂ ਹਾਲਾਤ ਜਿਹੜੇ ਹੈ ਕਾਫੀ ਮਾੜੇ ਕੁਦਰਤ ਹੈ ਕੁਦਰਤ ਦੇ ਨਾਲ ਜਿੰਨੀ ਆਪਾਂ ਛੇੜ-ਛਾੜ ਕਰਾਂਗੇ ਇਹ ਉਹਦਾ ਨਤੀਜਾ ਹੈ ਔਰ ਮੈਂ ਵਿੱਚ ਥੋੜਾ ਜਿਹਾ ਪਕਾਈ ਕੀਤੀ ਪੜਿਆ-ਪੜਿਆ ਕੁਝ ਉਹ ਕਹਿੰਦੇ ਅਸਲ ਦੇ ਵਿੱਚ ਇਹ ਹੈ ਨਾ ਵੀ ਜਿੰਨੀ ਆਪਾਂ ਖੁਰਲ ਤੇ ਪਹਾੜਾਂ ਦੀਆਂ ਜੜਾਂ ਜੀ ਸੜਕਾਂ ਬਣਾਉਣ ਵਾਸਤੇ ਘਰ ਬਣਾਉਣ ਵਾਸਤੇ ਖੁਰਲ ਖੁਰਲ ਕੇ ਜਿਹੜੀਆਂ ਜੜਾਂ ਖੁਰਲ ਕੇ ਤਾਂ ਜਦੋਂ ਜੜਾਂ ਖੁਰਲੀਆਂ ਜਾਣਗੀਆਂ ਇਹ ਰੇਤ ਦੇ ਜਿਹੜੇ ਮਿੱਟੀ ਦੇ ਪਹਾੜ ਹੈ ਇਹ ਪੱਥਰ ਦੇ ਪਹਾੜ ਨਹੀਂ ਜੀ ਮੈਂ ਅੱਜ ਦੇਖ ਰਿਹਾ ਸੀ ਬੇਖਤ ਮੈਂ ਰਿਹਾ ਸੀ ਰਾਹੁਲ ਗਾਂਧੀ ਨੂੰ ਜੀ ਉਹ ਲੈ ਲਦਾਖ ਦੇ ਵਿੱਚ ਉਹ ਤੁਰ ਰਿਹਾ ਫਿਰਦਾ ਮੋਟਰਸਾਈਕਲ ਭਜਾਉਂਦਾ ਫਿਰਦਾ ਤੇ ਮੈਂ ਸੋਚ ਮੇਰੇ ਮੈਂ ਸੋਚ ਰਿਹਾ ਸੀ ਵੀ ਇਥੇ ਨਿੱਤ ਕਾਢ ਲਿਖ ਦੀ ਜੀ ਮੈਂ ਗਿਆ ਨਹੀਂ ਕਦੇ ਉਸ ਪਾਸੇ ਪਰ ਜਦੋਂ ਮੈਂ ਦੇਖਿਆ ਤਾਂ ਲਾਲ ਪੱਥਰ ਪਏ ਸਾਰੇ ਪੱਕੇ ਹੋਏ ਜੀ ਲਾਲ ਪਹਾੜ ਹੈ ਤੇ ਸਾਡੇ ਕੱਚੇ ਪਹਾੜ ਹੈ ਕੱਚੇ ਪਹਾੜਾਂ ਦੇ ਵਿੱਚ ਜਿੰਨੀ ਆਪਾਂ ਛੇੜ ਛਾੜ ਕਰਾਂਗੇ ਫਿਰ ਉਹਨਾਂ ਦਾ ਨੁਕਸਾਨ ਹੋਣਾ ਉਹ ਨੁਕਸਾਨ ਹੋ ਰਿਹਾ ਬਸ ਹੁਣ ਤਾਂ ਆਪਾਂ ਇਹੀ ਦੁਆ ਕਰਦੇ ਹਾਂ ਕਿ ਜਿੰਨਾ ਘੱਟ ਤੋਂ ਘੱਟ ਨੁਕਸਾਨ ਹੋਵੇ ਉਹਨਾਂ ਚੰਗਾ ਹੈ ਲੇਕਿਨ ਮਨੁੱਖ ਜਿਹੜਾ ਆਪ ਦੀ ਹੋਣੀ ਲਈ ਖੁਦ ਜ਼ਿੰਮੇਵਾਰ ਹੈ ਬਿਲਕੁਲ ਜੀ ਅਸੀਂ ਆਪ ਹੀ ਜਿਹੜੀ ਨਿਚ ਕੁਦਰਤ ਨਾਲ ਛੇੜ ਛਾੜ ਕਰਾਂਗੇ ਤਾਂ ਨਤੀਜੇ ਭੁਗਤਦੇ ਹਾਂ ਜੀ ਢਿੱਲੋ ਸਾਹਿਬ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਗਏ ਖੇਤ ਮਜ਼ਦੂਰ ਆਗੂ ਵੀ ਬਰੰਗ ਪਰਤਾਏ ਆ ਜੀ ਕੀ ਕਹਾਣੀ ਵਾਪਰੀ ਹੈ ਦੇਖੋ ਖੇਤ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੇ ਇੱਕ ਸਾਂਝਾ ਫਰੰਟ ਬਣਾਇਆ ਵੈ ਜੀ ਕਈ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਆ ਔਰ ਸਾਰੇ ਮਿਲ ਕੇ ਆਪਣੀ ਜਿਹੜੀ ਲੜਾਈ ਲੜਦੇ ਖੇਤ ਮਜ਼ਦੂਰਾਂ ਦੀ ਜੀ ਆਪਾਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਕੀਤੀ ਹੈ ਕਿਸਾਨਾਂ ਦਾ ਅੰਦੋਲਨ ਕਦੇ ਵੀ ਕਾਮਯਾਬ ਨਾ ਹੁੰਦਾ ਜੇ ਖੇਤ ਮਜ਼ਦੂਰ ਉਹਦੇ ਵਿੱਚ ਯੋਗਦਾਨ ਨਾ ਪਾਉਂਦੇ ਜੀ ਸਾਡੀ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਹੈ ਐਗਰੀਕਲਚਰ ਪ੍ਰੋਡਕਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਖੇਤ ਮਜ਼ਦੂਰਾਂ ਦਾ ਹੈ ਉਹ ਕੰਮ ਕਰਦੇ ਆ ਖੇਤਾਂ ਦੇ ਵਿੱਚ ਲੇਕਿਨ ਉਹਨਾਂ ਦੇ ਕੋਲੇ ਜ਼ਮੀਨਾਂ ਦਾ ਵਿਚਾਰਿਆਂ ਕੋਲੇ ਹੈ ਨਹੀਂ ਜੀ ਉਹਨਾਂ ਦੇ ਕੋਈ ਘਰ ਹੈ ਨਹੀਂਗੇ ਜਿਹੜੇ ਬੱਚੇ ਪੈਦਾ ਹੁੰਦੇ ਆ ਬੱਚੇ ਉਡਾਰ ਹੋ ਜਾਂਦੇ ਆ ਜਵਾਨ ਹੁੰਦੇ ਨੇ ਉਹਦੇ ਵਿਆਹ ਹੁੰਦੇ ਨੇ ਉਹਨੂੰ ਰਹਿਣ ਵਾਸਤੇ ਘਰ ਚਾਹੀਏ ਜੀ ਘਰ ਉਹੀ ਛੋਟੇ ਛੋਟੇ ਸਾਡੇ ਇੱਕ ਬਣੀ ਹੋਈ ਐ ਇੱਕ ਨੀਤੀ ਬਣੀ ਹੋਈ ਐ ਕਿ ਜਦੋਂ ਕਿਸੇ ਬੰਦੇ ਕੋਈ ਬੇਗੁਰਾ ਬੰਦਾ ਹੋਵੇ ਉਹਨੂੰ 5 ਕਮਰਲੇ ਦਾ ਪਲਾਟ ਦੇ ਦਿਓ ਜੀ ਉਹਦੇ ਵਿੱਚ ਉਹ ਆਪਦਾ ਘਰ ਪਾ ਲੇ ਇਹਦੇ ਵਾਸਤੇ ਮਤਲਬ ਸਰਕਾਰਾਂ ਦੀ ਕਦੇ ਕਦੇ ਨੀਤੀ ਬਣ ਜਾਂਦੀ ਹੈ ਕਦੇ ਹਟ ਜਾਂਦੀ ਹੈ ਡਿਮਾਂਡ ਹੈ ਉਹਨਾਂ ਦੀ ਕਿ ਸਾਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦਿੱਤੇ ਜਾਣ। ਜਿਵੇਂ ਇਹ ਗੱਲ ਨਾ ਮੈਂ। ਜੀ। ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੈ ਜਿਵੇਂ ਹੁਣ ਤੁਸੀਂ ਪੰਚਾਇਤੀ ਜ਼ਮੀਨ ਹੈ। ਪੰਚਾਇਤੀ ਜ਼ਮੀਨਾਂ ਦੇ ਵਿੱਚ ਇੱਕ ਹਿੱਸਾ ਰਾਖਮਾਂ ਰੱਖਿਆ ਹੁੰਦਾ ਹੈ ਕਿ ਇਹ ਖੇਤ ਮਜ਼ਦੂਰਾਂ ਨੂੰ ਦੇਵੇ। ਜੀ। ਲੇਕਿਨ ਅਸੀਂ ਦੇਖਿਆ ਹੈ ਕਿ ਨਾ ਖੇਤ ਮਜ਼ਦੂਰ ਦਾ ਹੁੰਦਾ ਹੈ ਤੇ ਉਹ ਕਾਸਟ ਪਿੰਡ ਦਾ ਸਰਪੰਚੀ ਕਰਦਾ ਹੁੰਦਾ ਹੈ। ਜੀ। ਠੇਕੇ ਦੇ ਤੌਰ ਦੇ ਉੱਤੇ ਨਾ ਕਿਸੇ ਖੇਤ ਮਜ਼ਦੂਰ ਦਾ ਸੀਰੀ ਸੰਜੀ ਨੌਕਰ ਦਾ ਪਾ ਲੈਂਦੇ। ਅਲਾਟਮੈਂਟ ਉਹਦੇ ਨਾਲ ਹੀ ਹੋ ਜਾਂਦੀ ਹੈ ਤੇ ਕਾਸ਼ ਤੋਂ ਆਪ ਕਰ ਦਿੰਦੇ। ਅਮਲੀ ਤੌਰ ਦੇ ਉੱਤੇ ਉਹਨਾਂ ਨੂੰ ਮਿਲੇ ਇਸ ਕਿਸਮ ਦੇ ਉਹਨਾਂ ਦੀਆਂ ਬਹੁਤ ਸਾਰੀਆਂ ਮਗਾਂ ਹੈ। ਜੀ। ਬੁਢਾਪਾ ਪੈਨਸ਼ਨ ਹੈ, ਵਿਧਵਾ ਪੈਨਸ਼ਨ ਹੈ, ਬੱਚੀਆਂ ਦੇ ਵਿਆਹਾਂ ਵਾਲੀ ਜਿਹੜੀ ਹੈਗੀ ਆ ਉਹ ਰਕਮਾ ਰਾਹਤ ਬੜਾ ਆਰਥਿਕ ਸੰਕਟ ਹੈ ਪੰਜਾਬ ਨੂੰ। ਜੀ। ਉਹ ਗੱਲਾਂ ਸਾਰੀਆਂ ਰੁਕੀਆਂ ਹੋਈਆਂ। ਉਹਨਾਂ ਨੂੰ ਮਿਲਦਾ ਨਹੀਂ ਕੁਝ। ਸੋ ਉਹ ਇਸ ਮੁੱਦੇ ਨੂੰ ਲੈ ਕੇ ਅੰਦੋਲਨ ਕਰਦੇ ਆ। ਪਿਛਲੇ ਦਿਨਾਂ 'ਚ ਉਹਨਾਂ ਨੇ ਅੰਦੋਲਨ ਕੀਤਾ ਸੀ। ਤੁਹਾਡੇ ਯਾਦ ਉਹਨਾਂ ਸੰਗਰੂਰ ਦੇ ਵਿੱਚ ਇੱਕ ਕਾਫੀ ਖੂਨ ਖਰਾਬਾ ਹੋਇਆ ਸੀ। ਜੀ। ਜਦੋਂ ਉਹਨੇ ਕਿਹਾ ਸੀ ਜੀ ਅਸੀਂ ਮੁੱਖ ਮੰਤਰੀ ਸਾਹਿਬ ਦੀ ਰਹਿਸ਼ ਨੂੰ ਜਾਣੇ ਆ ਬਾਹਰ ਉਹਨਾਂ ਨੇ ਆਪਣੀਆਂ ਗੱਡੀਆਂ ਵਗੈਰਾ ਰੋਕ ਕੇ ਉਧਰੋਂ ਜਾ ਰਹੇ ਸੀ लाठी चार्ज ਹੋਇਆ ਸੀ ਬੜਾ ਤਕੜਾ ਜੀ ਔਰ ਬੜੇ ਬਜ਼ੁਰਗ ਜਿਹੜੇ ਹੈਗੇ ਲੋਕ ਉਹ ਵੀ ਜ਼ਖਮੀ ਹੋ ਗਏ ਸੀ ਜੀ ਫਿਰ ਉਦੋਂ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾ ਦਿੰਦੇ ਹਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਨਾ ਹੋਈ ਫਿਰ ਕਹਿੰਦਾ ਜੀ ਤੁਹਾਡੀ ਵਜ਼ੀਰਾਂ ਦੀ ਇੱਕ ਕਮੇਟੀ ਬਣਾਈ ਤੇ ਵਜ਼ੀਰਾਂ ਦੀ ਕਮੇਟੀ ਨਾਲ ਤੁਹਾਡੀ ਗੱਲ ਹੋਣੀ ਜੀ ਦਲਬੀਰ ਜੀ ਉਹ ਵਜ਼ੀਰਾਂ ਦੀ ਕਮੇਟੀ ਨਾਲ ਗੱਲ ਕਰਨ ਵਾਸਤੇ ਇੱਕ ਤੋਂ ਵੱਧ ਵਾਰੀ ਗਏ ਹੈ ਚੰਡੀਗੜ੍ਹ ਲੇਕਿਨ ਉਹਨਾਂ ਦੀ ਗੱਲ ਨਹੀਂ ਹੋਈ ਜੀ ਕੱਲ ਫੇਰ ਉਹਨਾਂ ਨੂੰ ਸੱਦਿਆ ਸੀ ਉਹ ਵਿਚਾਰੇ ਫੇਰ ਚਲੇ ਗਏ ਉੱਥੇ ਪਹਿਲੀ ਗੱਲ ਤਾਂ ਵੀ ਉਹ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੇ ਕੋਲੇ ਨਾ ਤਾਂ ਵੱਡੀਆਂ ਕਾਰਾਂ ਆ ਜੀ ਕੋਈ ਬੱਸ ਤੇ ਚੜ ਕੇ ਜਾਂਦਾ ਕੋਈ ਤਿੰਨ ਚਾਰ ਜਣੇ ਰਲ ਕੇ ਵੀ ਯਾਰ ਆਪਾਂ ਲੈ ਲਈਏ ਕਿਉਂਕਿ ਕਈ ਜਥੇਬੰਦੀਆਂ ਵੀ ਜਾਣਾ ਸਾਰੇ ਨਹੀਂ ਤੇ ਜਾਣਾ ਨਹੀਂ ਕੋਈ ਲੀਡਰਾਂ ਨੇ ਜਾਣਾ ਵੀ ਇੱਕ ਇੱਕ ਜ਼ਿਲ੍ਹੇ ਦੇ ਵਿੱਚੋਂ ਜਾਂ ਇੱਕ ਰੀਜਨ ਦੇ ਵਿੱਚੋਂ ਜਾਣਾ ਮਾਝਾ ਮਾਲਵਾ ਦੋਆਬਾ ਯਾਰ ਆਪਾਂ ਕਰਾਈ ਤੇ ਲੈ ਲਈਏ ਸਾਰੇ ਇਹਨੇ ਅਵਲ ਹਿਸਾਬ ਆਪਣੇ ਪਾਲੀਗੇ ਪੜਾ ਕਰਾ ਜੇ ਬੰਚੋਂ ਪਾਲੀਗੇ ਐਸਟ੍ਰਕ ਦੇ ਨਾਲ ਵਿਚਾਰੇ ਉਹ ਜਿਹੜੀ ਪੰਜੀ ਪੰਜੀ ਇਕੱਠੀ ਕਰਕੇ ਜਿਹੜੇ ਆ ਉਹ ਜਾਂਦੇ ਆ ਉਸ ਤੋਂ ਵੀ ਸਾਡੀ ਇੱਥੇ ਗੱਲ ਸੁਣਨਗੇ ਪਰ ਉੱਥੇ ਜੇ ਕੱਲ ਜੀ ਤੋਂ ਕਹਿੰਦੇ ਜੀ ਜਿੰਨਾ ਵਜ਼ੀਰਾਂ ਨੇ ਤੁਹਾਡੇ ਨਾਲ ਗੱਲ ਕਰਨੀ ਸੀ ਅੱਜ ਅਵੇਲੇਬਲ ਨਹੀਂ ਹੈ ਜੀ ਵਾਪਸ ਜਾਓ ਜੀ ਤੁਹਾਨੂੰ ਫੇਰ ਦੁਬਾਰਾ ਸੁਨੇਹਾ ਭੇਜ ਦਾਂਗੇ ਤੇ ਜੇ ਤੁਸੀਂ ਆ ਗੱਲ ਕਹੀ ਹੈ ਪਹਿਲੇ ਟੈਲੀਫੋਨ ਕਰ ਦਿੰਦੇ ਉਹਨਾਂ ਨੂੰ ਬਿਲਕੁਲ ਜੀ ਨੰਬਰ ਸਾਰਿਆਂ ਦੇ ਤੁਹਾਡੇ ਕੋਲੇ ਹੈਗੇ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਹੈਗੇ ਤੁਹਾਡੇ ਕੋਲੇ ਐਸਐਸਪੀ ਹੈਗੇ ਉਹਨਾਂ ਨੂੰ ਕਹਿ ਦਿਓ ਚੀਫ ਨੂੰ ਫੋਨ ਕਰ ਦਿਓ ਇੱਕ ਹੁਕਮ ਜਾਰੀ ਕਰ ਦਿਓ ਜੀ ਇਹਨਾਂ ਨੂੰ ਨੋਟ ਕਰਾ ਦਿਓ ਜੀ ਤੇ ਆਪਦੀ ਆਪ ਹੀ ਉਹਨ मतलब ਤੁਸੀਂ ਇਹ ਦੇਖੋ ਕਿ ਮੀਂਗਣਾ ਦੁੱਧ ਦੇਣਾ ਵੀ ਹੈ ਤੇ ਮੀਂਗਣਾ ਵੀ ਖੁੱਲਣਗੇ ਬਿਲਕੁਲ ਜਾਣ ਬੁਝ ਕੇ ਖੇਖਰਾ ਵੀ ਇੱਕ ਪਾਸੇ ਕਿਸਾਨ ਪਿੱਟ ਰਹੇ ਐ ਰੋ ਰਹੇ ਐ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਰਿਹਾ ਆਪਦੇ ਹੱਕਾਂ 'ਤੇ ਲੜਦੇ ਹੋ ਕਿਸੇ ਹੋਰ ਦੇ ਖਿਲਾਫ ਐ ਉਹ ਸਾਰੀਆਂ ਗੱਲਾਂ ਸਰਕਾਰ ਦੇ ਅਕਸ ਨੂੰ ਹੀ ਟਾਲੋ ਅਕਸ ਨੂੰ ਕਰਾਓ ਟਾਲੋ ਇਹ ਤਾਂ ਬਚਣਾ ਚਾਹੀਦਾ ਹੈ ਜਿਆਦਾ ਧਿਆਨ ਮਾਨ ਸਾਹਿਬ ਨੂੰ ਆਪ ਦੇਣਾ ਚਾਹੀਦਾ ਇਹਨਾਂ ਮਾਮਲਿਆਂ 'ਤੇ ਥੋੜਾ ਜਿਆਦਾ ਮਤਲਬ ਨੇ 5 7 10 10 ਦੇ ਨੇ ਇਸ ਪਾਸੇ ਨੂੰ ਲਾਉਣ ਕੀ ਗੜਬੜ ਕਿੱਥੇ ਐ ਬਿਲਕੁਲ ਜੀ ਉਹ ਗਵਰਨਰ ਨੂੰ ਦੂਰ ਕਰਨ ਬੰਦਾ ਚੰਗਾ ਹੈ ਬੰਦਾ ਸਿਮਰ ਉਹ ਇਹਨਾਂ ਦੇ ਤੇ ਭਗਵੰਤ ਮਾਨ ਹੋਰਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਦਾ ਆਪਾਂ ਹੁਣ ਸਿਮਰਜੀਤ ਮਾਨ ਮੇਰੇ ਮੂੰਹ ਚ ਨਿਕਲੇ ਅਜੇ ਕਰ ਸਿਮਰਜੀਤ ਸਿੰਘ ਮਾਨੂਰਾ ਨੇ ਵੀ ਸੰਗਰੂਜ ਦੇ ਵਿੱਚ ਟਰਨ ਲਾਇਆ ਸੀ ਜੀ ਕਿ ਪੰਚਾਇਤਾਂ ਕਿ ਤੋੜਤੀਆਂ ਵੀ ਤੁਸੀਂ 6 ਮਹੀਨੇ ਪਹਿਲਾਂ ਉਧਰੋਂ ਕਾਂਗਰਸ ਵਾਲੇ ਉੱਥੇ ਲਈ ਬੈਠੇ ਸੀ ਇਹਨਾਂ ਨੇ ਸੰਗਰੂਜ ਟਰਨ ਲਾਇਆ ਬਿਲਕੁਲ ਜੀ ਉਹ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਸੀ ਉਹ ਕਹਿੰਦੇ ਵੀ ਜਦੋਂ ਵੀ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਆ ਤੁਸੀਂ ਬੜਾ ਤਾਂ ਲਿਆ ਇਹ ਕਹਿੰਦੇ ਕਿਹੋ ਜਿਹੇ ਬੰਦੇ ਪਾ ਪੰਜਾਬ ਡੁੱਬੀ ਜਾਂਦਾ ਪਹਿਲਾਂ ਵੀ ਕਦੇ ਵੀ ਤੁਹਾਡਾ 9299 ਦੇ ਵਿੱਚ ਵੀ ਡੁੱਬਿਆ ਸੀ 88 ਚ ਵੀ ਡੁੱਬਿਆ ਸੀ ਪੰਜਾਬ ਉਸ ਵੇਲੇ ਉਹ ਕਹਿੰਦੇ ਇਹਨਾਂ ਨੂੰ ਬਦਲ ਕੇ ਕੋਈ ਨਹੀਂ ਤਾਂ ਤੇ ਹੋਰ ਚਾਰਜ ਦੇ ਬੰਦੇ ਪਾ ਲਓ ਜਿਨ੍ਹਾਂ ਨੂੰ ਕੋਈ ਜਾਣਕਾਰੀ ਤਾਂ ਹੋਵੇ ਮਤਲਬ ਤੁਸੀਂ ਦੇਖੋ ਵੀ ਐਡੀ ਛੇਤੀ ਇੰਨੇ ਅੰਦੋਲਨ ਹੋਣੇ ਸ਼ੁਰੂ ਹੋ ਗਏ ਔਰ ਇਨੀ ਬੇਚੈਨੀ ਲੋਕਾਂ ਸ਼ੁਰੂ ਹੋ ਗਈ ਇਸ ਕਰਕੇ ਜ਼ਰੂਰੀ ਹੈ ਕਿ ਮਾਨ ਸਾਹਿਬ ਆਪ ਇਧਰ ਧਿਆਨ ਦੇਣ ਜੀ ਬਿਲਕੁਲ ਢਿੱਲੋ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸੋਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਇਸ ਹਨਾ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਤੇ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਮੈਨੂੰ ਜਾਨੀ ਕਿ ਦਲਬੀਰ ਸਿੰਘ ਬਰਾੜ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਰੱਬ ਰਾਖਾ ਸ਼ਮਾਦਾਨ